ਸਤਿ ਸ੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਤਖ਼ਤ ਪੰਜਾਬ। ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ। ਮੇਰੇ ਨਾਲ ਦੈਨਿਕ ਜਾਗਰਣ ਦੇ ਬਿਊਰੋ ਚੀਫ ਸਰਦਾਰ ਇੰਦਰਪ੍ਰੀਤ ਸਿੰਘ ਮੌਜੂਦ ਨੇ। ਪਹਿਲੀ ਵਾਰੀ ਸਾਡੇ ਨਾਲ ਜੁੜ ਰਹੇ ਨੇ, ਤੁਸੀਂ ਵੱਖ ਵੱਖ ਪਲੇਟਫਾਰਮ ਦੇ ਉੱਤੇ ਇਹਨਾਂ ਨੂੰ ਸੁਣਿਆ ਹੋਣਾ। ਅਸੀਂ ਸਿਆਸੀ ਮਸਲਿਆਂ ਦੇ ਉੱਤੇ ਤੇ ਬੇਹੱਦ ਅਹਿਮ ਮੁੱਦਿਆਂ ਦੇ ਉੱਤੇ ਚਰਚਾ ਕਰਾਂਗੇ। ਉਮੀਦ ਹੈ ਕਿ ਤੁਸੀਂ ਆਪਣੇ ਵਿਚਾਰ ਪੰਜਾਬੀ ਚ ਕਮੈਂਟ ਕਰੋਗੇ ਤੇ ਲਾਈਕ ਸ਼ੇਅਰ ਜ਼ਰੂਰ ਕਰੋਗੇ। ਇੰਦਰਪ੍ਰੀਤ ਸਿੰਘ ਜੀ, ਬਹੁਤ ਸਵਾਗਤ ਹੈ ਜੀ ਤੁਹਾਡਾ। ਥੈਂਕ ਯੂ ਜੀ, ਥੈਂਕ ਯੂ ਸੁਖਵਿੰਦਰ ਜੀ, ਥੈਂਕ ਯੂ। ਧੰਨਵਾਦ। ਸਭ ਤੋਂ ਪਹਿਲਾਂ ਗੱਲ, ਪੰਜਾਬ ਸਰਕਾਰ ਦੇ ਵਿੱਚ ਜੋ ਉਥਲ ਪੁਥਲ ਮਚੀ ਹੋਈ ਹੈ ਉੱਥੋਂ ਸ਼ੁਰੂ ਕਰਦੇ ਹਾਂ ਕਿ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦੀ ਸਿਹਤ ਨੂੰ ਲੈ ਕੇ ਬੀਤੇ ਦਿਨ ਜਿਹੜਾ ਫੋਰਟਿਸ ਹਸਪਤਾਲ ਤੋਂ ਅਪਡੇਟ ਆਈ ਹੈ ਕੁਝ ਉਹਦੀ ਗੱਲ, ਤੇ ਜੋ ਦਿੱਲੀ ਵਾਲਿਆਂ ਦਾ ਇਸ ਮਾਮਲੇ ਵਿੱਚ ਜਿਹੜੀ ਇਹਨਾਂ ਦੀ ਕੇਂਦਰੀ ਲੀਡਰਸ਼ਿਪ ਹੈ ਉਹਦਾ ਇੰਟਰਸਟ ਨਾ ਲੈਣਾ ਜਾਂ ਫਿਰ ਮੁੱਖ ਮੰਤਰੀ ਭਗਵੰਤ ਮਾਨ ਤੱਕ ਉਸ ਤਰੀਕੇ ਦੀ ਕਿਸੇ ਦੀ ਵੀ ਪਹੁੰਚ ਨਾ ਹੋਣਾ, ਉਹਨੂੰ ਬਹੁਤ ਹੀ ਮਤਲਬ ਕਿ ਗੁਪਤ ਕਹਿ ਲਓ ਕਿ ਰੱਖਿਆ ਗਿਆ ਸਿਹਤ ਵਾਲੇ ਮਾਮਲੇ ਨੂੰ। ਬਿਕਰਮ ਮਜੀਠੀਆ ਨੇ ਰੌਲਾ ਪਾਇਆ ਤਾਂ ਸਾਰਾ ਕੁਝ ਬਾਹਰ ਆਇਆ, ਥੋੜੀਆਂ ਅਪਡੇਟਸ ਆਉਣ ਲੱਗੀਆਂ, ਫਿਰ ਪੰਜਾਬ ਦੀ ਸਿਆਸਤ ਚ ਹਲਚਲ ਚੱਲੀ ਕਿ ਕੀ ਭਗਵੰਤ ਮਾਨ ਸਾਹਿਬ ਦਾ ਕੋਈ ਬਦਲ ਲੱਭਿਆ ਜਾ ਰਿਹਾ ਜਾਂ ਕੀ ਕੋਈ ਚਿਹਰਾ ਇਹੋ ਜਿਹਾ ਹੈ ਜੋ ਮੁੱਖ ਮੰਤਰੀ ਭਗਵੰਤ ਮਾਨ ਦੀ ਬਰਾਬਰੀ ਆਮ ਆਦਮੀ ਪਾਰਟੀ ਦੇ ਵਿੱਚ ਕਰ ਸਕਦਾ, ਜਾਂ ਫਿਰ ਇਸ ਜਿੰਨੀਆਂ ਅਫਵਾਹਾਂ ਕਹਿ ਲਈਏ ਜਾਂ ਜਿੰਨੀਆਂ ਵੀ ਚਰਚਾਵਾਂ ਆ, ਇਹਦੇ ਪਿਛਲਾ ਸੱਚ ਕੀ ਹੈ ਜਦੋਂ ਅਸੀਂ ਸਿਹਤ ਦੀ ਗੱਲ ਤੋਂ ਸ਼ੁਰੂ ਕਰਦੇ ਹਾਂ? ਦੇਖੋ ਸੁਖਵਿੰਦਰ ਜੀ, ਦੋ ਚੀਜ਼ਾਂ ਨੇ। ਇੱਕ ਤਾਂ ਇਹ ਕਿ ਭਗਵੰਤ ਮਾਨ ਹੋਣੇ ਦੇ ਬਾਰੇ ਇੱਕ ਤਾਂ ਬਹੁਤ ਸਾਰਿਆਂ ਨੂੰ ਲਗਭਗ ਸਪਸ਼ਟ ਹੀ ਹੈਗਾ ਕਿ ਉਹਨਾਂ ਦੀ ਸ਼ਰਾਬ, ਉਹਨਾਂ ਦੀ ਇੱਕ ਕਮਜ਼ੋਰੀ ਬਹੁਤ ਬਣੀ ਹੋਈ ਹੈ, ਤੇ ਔਰ ਬਹੁਤ ਵਾਰੀ ਚਾਹ ਕੇ ਵੀ ਉਹਨਾਂ ਨੇ ਉਹ ਇਹਨੂੰ ਛੱਡ ਨਹੀਂ ਪਾ ਰਹੇ। ਸੋ ਕਈ ਵਾਰੀ ਜਦੋਂ ਵੀ ਉਹਨਾਂ ਦੀ ਸਿਹਤ ਖਰਾਬ ਹੋਈ ਹੈ ਤੇ ਲੋਕ ਤੈਅ ਹੀ ਹੈ ਕਿ ਤੁਸੀਂ ਉਹਨਾਂ ਨਾਲ ਜੋੜਨ ਦੀ ਕੋਸ਼ਿਸ਼ ਕਰਦੇ ਹੋ ਕਿ ਵੀ ਇਹ ਸ਼ਰਾਬ ਕਰਕੇ ਹੀ ਹੋ ਰਿਹਾ ਹੈ। ਦੂਸਰਾ, ਜਿਹੜੀ ਤੁਸੀਂ ਆਮ ਆਦਮੀ ਪਾਰਟੀ ਦੀ ਚ ਉਥਲ ਪੁਥਲ ਦੀ ਗੱਲ ਕੀਤੀ ਹੈ ਕਿ ਦੇਖੋ ਹੁਣੀ ਚਾਰ ਪੰਜ ਮੰਤਰੀ ਚਾਰ ਕੱਢਤੇ ਆ, ਪੰਜ ਨਵੇਂ ਲੈ ਲਏ ਆ, ਤੇ ਨਾਲ ਦੀ ਨਾਲ ਜਿਹੜੀਆਂ ਚਰਚਾਵਾਂ ਇਹ ਵੀ ਨੇ ਕਿ ਮੁੱਖ ਮੰਤਰੀ ਤੱਕ ਨੂੰ ਵੀ ਬਦਲਿਆ ਜਾ ਸਕਦਾ। ਕਈ ਵਾਰੀ ਇਸ ਤਰ੍ਹਾਂ ਦੀਆਂ ਚਰਚਾਵਾਂ ਉਦੋਂ ਹੁੰਦੀਆਂ ਨੇ ਜਦੋਂ ਪਾਰਟੀ ਦੇ ਅੰਦਰ ਕੁਛ ਨਾ ਕੁਛ ਚੱਲ ਰਿਹਾ ਹੁੰਦਾ ਇੱਦਾਂ ਦਾ, ਤਾਂ ਉਹ ਜਿਹੜਾ ਮਾਨਸਿਕ ਦਬਾਅ ਹੁੰਦਾ ਹੈ ਕਿ ਹੁਣ ਜਿਹੜਾ ਬੰਦਾ ਇੱਕ ਦੇਖੋ ਇੱਕ ਟੋਪ ਦੀ ਪੋਸਟ ਦੇ ਉੱਤੇ ਬੈਠਾ ਹੈ ਤੇ ਕੱਲ ਨੂੰ ਉਹਨੂੰ ਇਹ ਸੁਣਨ ਚ ਮਿਲੇ ਕਿ ਉਹਨੂੰ ਬਦਲਿਆ ਵੀ ਜਾ ਸਕਦਾ ਹੈ ਜਾਂ ਉਹਨੂੰ ਬਦਲਣ ਦੀ ਚਰਚਾ ਚੱਲ ਰਹੀ ਹੈ। ਹਾਲਾਂਕਿ ਅੱਜ ਦੀ ਡੇਟ ਚ ਵੀ ਮੈਨੂੰ ਇਹ ਲੱਗਦਾ ਹੈ ਕਿ ਪਾਰਟੀ ਕੋਲੇ ਭਗਵੰਤ ਮਾਨ ਤੋਂ ਵੱਡਾ ਕੋਈ ਚਿਹਰਾ ਤਾਂ ਹੈ ਨਹੀਂ ਹੈ। ਜੇ ਚਾਹੇ ਉਹ ਪ੍ਰਚਾਰ ਕਰਨ ਦੀ ਗੱਲ ਹੋਵੇ ਕਿਤੇ ਕਿਸੇ ਸਟੇਟ ਚ, ਤਾਂ ਵੀ ਮੈਨੂੰ ਲੱਗਦਾ ਉਹ ਕਈ ਵਾਰ ਤਾਂ ਕੇਜਰੀਵਾਲ ਤੋਂ ਵੀ ਜ਼ਿਆਦਾ ਵਧੀਆ ਤਰੀਕੇ ਨਾਲ ਸੁਣੇ ਜਾਂਦੇ ਨੇ ਤੇ ਕਈ ਵਾਰੀ ਉਹਨਾਂ ਨੂੰ ਸੁਣਨ ਲਈ ਜ਼ਿਆਦਾ ਰਸ਼ ਹੁੰਦਾ। ਪਰ ਨਾਲ ਨਾਲ ਇਹ ਹੈ ਕਿ ਪਾਰਟੀ ਦੇ ਵਿੱਚ ਉਹਨਾਂ ਨੇ MLAs ਨਾਲ ਵੀ ਕਦੀ ਬਹੁਤੀ ਬਣਾ ਕੇ ਨਹੀਂ ਰੱਖੀ। ਉਹਨਾਂ ਦਾ ਕੋਈ ਇਹੋ ਜਿਹਾ ਇੱਕ ਗਰੁੱਪ ਨਹੀਂ ਹੈ ਕਿ ਜਿਹਨੂੰ ਆਪਾਂ ਐਂ ਕਹੀਏ ਕਿ ਪਾਰਟੀ ਦੇ ਵਿੱਚ ਬੜਾ ਸਟਰੋਂਗ ਗਰੁੱਪ ਜਿਹੜਾ MLAs ਦਾ ਹੈਗਾ ਉਹ ਉਹਨਾਂ ਦੀ ਪਿੱਠ ਤੇ ਖੜਾ ਹੈ। ਕੱਲ੍ਹ ਨੂੰ ਪਾਰਟੀ ਇਸ ਤਰ੍ਹਾਂ ਦਾ ਕੋਈ ਡਿਸੀਜਨ ਲਏ ਵੀ ਕਿ ਜੀ ਅਸੀਂ ਤਾਂ ਮੁੱਖ ਮੰਤਰੀ ਚੇਂਜ ਕਰਨ ਲੱਗੇ, ਤਾਂ ਪਾਰਟੀ ਬਗਾਵਤ ਦੀ ਸਟੇਜ ਤੇ ਆ ਜਾਏ, ਇਸ ਤਰ੍ਹਾਂ ਦਾ ਤਾਂ ਮੈਨੂੰ ਲੱਗਦਾ ਕਿ ਅਜੇ ਤੱਕ ਉੱਥੇ ਕੋਈ ਹੈ ਹੀ ਨਹੀਂ ਹੈ। ਸੋ ਇਸ ਕਰਕੇ ਜਿਹੜੀ ਉਹ ਕਈ ਵਾਰੀ ਬਦਲਣ ਦੀ ਜਿਹੜੀ ਦਬਾਅ ਹੁੰਦਾ ਨਾ, ਮਾਨਸਿਕ ਦਬਾਅ ਹੁੰਦਾ, ਕਈ ਵਾਰੀ ਉਹ ਵੀ ਬਲੱਡ ਪ੍ਰੈਸ਼ਰ ਨੂੰ ਅਨਿਯਮਿਤ ਕਰ ਦਿੰਦਾ। ਜਿਵੇਂ ਕਿ ਕੱਲ੍ਹ ਤੁਸੀਂ ਦੇਖਿਆ ਹੋਣਾ ਜਿਹੜੀ ਕੱਲ੍ਹ ਦੀ ਰਿਪੋਰਟ ਹੈ, ਡਾਕਟਰਾਂ ਨੇ ਬੁਲੇਟਿਨ ਜਿਹੜਾ ਰਾਤ ਨੂੰ ਜਾਰੀ ਕੀਤਾ ਸੀਗਾ ਦੇਰ ਸ਼ਾਮ ਨੂੰ, ਉਹਦੇ ਵਿੱਚ ਕਿਹਾ ਹੀ ਇਹ ਗਿਆ ਕਿ ਉਹਨਾਂ ਦਾ ਬਲੱਡ ਪ੍ਰੈਸ਼ਰ ਜਿਹੜਾ ਹੈਗਾ ਅਨਿਯਮਿਤ ਹੈ। ਹੁਣ ਉਹ ਕਿਉਂ ਅਨਿਯਮਿਤ ਹੈ, ਉਹਦੇ ਕਾਰਨ ਬਲੱਡ ਪ੍ਰੈਸ਼ਰ ਬਾਰੇ ਜਿੰਨਾ ਕੁ ਮੈਨੂੰ ਗਿਆਨ ਹੈ ਉਹ ਜ਼ਿਆਦਾਤਰ ਮਾਨਸਿਕ ਉਹਦੇ ਨਾਲ ਹੀ ਹੁੰਦਾ ਹੈ। ਠੀਕ ਹੈ, ਉਹਦੇ ਵਿੱਚ ਤੁਹਾਡੇ ਖੁਰਾਕ ਦੇ ਵੀ ਕਾਰਨ ਹੋ ਸਕਦੇ ਨੇ, ਤੁਸੀਂ ਇਹੋ ਜਿਹੀ ਖੁਰਾਕ ਖਾਂਦੇ ਹੋ ਜਿਸ 'ਚ ਬਹੁਤ ਜ਼ਿਆਦਾ ਤੇਲ ਹੈ ਜਾਂ ਮਿੱਠਾ ਹੈ ਜਾਂ ਕੁਛ ਹੋਰ ਹੈ, ਇਹ ਹੋ ਸਕਦੇ ਨੇ। ਪਰ
ਜ਼ਿਆਦਾ ਜਿਹੜਾ ਹੈਗਾ ਫਿਰ ਵੀ ਮੈਨੂੰ ਜਿੰਨਾ ਕੁ ਮਤਲਬ ਅਸੀਂ ਪੜ੍ਹਿਆ ਲਿਖਿਆ ਜਾਂ ਜਿੰਨਾ ਕੁ ਡਾਕਟਰਸ ਨਾਲ ਗੱਲ ਕਰਦੇ ਆ ਉਹ ਇਹ ਕਹਿੰਦੇ ਕਿ ਜਿਹੜਾ ਮਾਨਸਿਕ ਤਵਾਜ਼ਨ ਹੈ ਉਹ ਜਿਹੜਾ ਉੱਥੇ ਦਬਾਅ ਹੈ ਉਹ ਤੁਹਾਡਾ ਬਲੱਡ ਪ੍ਰੈਸ਼ਰ ਨੂੰ ਅਨਿਯਮਿਤ ਕਰਦਾ ਹੈ। ਤੋ ਮੈਨੂੰ ਇਹ ਵੀ ਲੱਗਦਾ ਕਿ ਇੱਥੇ ਵੀ ਕਾਰਨ ਉਹੀ ਮੈਨੂੰ ਜ਼ਿਆਦਾ ਜਾਪ ਰਿਹਾ। ਜੀ ਇਹਦੇ ਇਹਦੇ ਵਿੱਚ ਜਦੋਂ ਅਸੀਂ ਦਿੱਲੀ ਵਾਲਿਆਂ ਦੀ ਗੱਲ ਕਰਦੇ ਹਾਂ ਕਿ ਕੇਜਰੀਵਾਲ ਸਾਹਿਬ ਨੂੰ ਮਨ ਚ ਕੁਝ ਹੋਵੇ ਤੇ ਭਗਵੰਤ ਮਾਨ ਸਾਹਿਬ ਸਿੱਧਾ ਜਿਹੜਾ ਉਡਾਰੀ ਦਿੱਲੀ ਵੱਲ ਨੂੰ ਮਾਰ ਦਿੰਦੇ ਨੇ, ਪਰ ਕਿ ਇਸ ਮਾਮਲੇ ਦੇ ਵਿੱਚ ਕੁਝ ਇਹੋ ਜਿਹਾ ਨਜ਼ਰ ਨਹੀਂ ਆਇਆ, ਜਾਂ ਸਮੁੱਚੀ ਪਾਰਟੀ ਦੀ ਪੰਜਾਬ ਵਾਲੀ ਲੀਡਰਸ਼ਿਪ ਵੀ ਚੁੱਪ ਬੈਠੀ ਹੈ, OSD ਜੇ ਬਾਹਰ ਕਰ ਦਿੱਤੇ ਗਏ ਤਾਂ ਉਸ ਤੋਂ ਬਾਅਦ ਵੀ ਕੋਈ ਉਹੋ ਜਿਹੀ ਹਲਚਲ ਕਹਿੰਦੇ ਨਜ਼ਰ ਨਹੀਂ ਆਈ। ਦਿੱਲੀ ਦਾ ਇੰਟਰਸਟ ਸਿਰਫ ਇਹਨਾਂ ਦੇ ਦਫ਼ਤਰਾਂ ਤੱਕ ਹੈ ਜਾਂ ਇਹਨਾਂ ਦੇ ਕੰਮਕਾਜ ਤੱਕ ਹੈ। ਅਸੀਂ ਇਹਨਾਂ ਇਹਨਾਂ ਖਬਰਾਂ ਨੂੰ ਕਿੰਨਾ ਕੁ ਸੱਚਾ ਮੰਨੀਏ ਕਿ ਕੀ ਵਾਕਈ ਮੁੱਖ ਮੰਤਰੀ ਸਾਹਿਬ ਤੋਂ ਇਹੋ ਜਿਹੀ ਕੋਈ ਦੂਰੀ ਬਣਾ ਲਈ ਜਾ ਰਹੀ ਹੈ ਜਾਂ ਬਣਾ ਲਈ ਗਈ ਹੈ? ਸੁਖਵਿੰਦਰ ਜੀ ਦੇਖੋ, ਇੱਕ ਤਾਂ ਇਹ ਜਿਹੜੀ ਚੀਜ਼ ਚੱਲ ਰਹੀ ਹੈ ਨਾ ਕਿ ਜਿਸ ਜਿਹੜੀ ਪਾਰਟੀ ਕਰਪਸ਼ਨ ਨੂੰ ਲੈ ਕੇ ਜਾਂ ਕਰਪਸ਼ਨ ਨੂੰ ਖਤਮ ਕਰਨ ਨੂੰ ਲੈ ਕੇ ਮਤਲਬ ਸੱਤਾ ਦੇ ਵਿੱਚ ਆਈ ਸੀਗੀ, ਤੇ ਉਹੀ ਪਾਰਟੀ ਦੇ ਉੱਤੇ ਹੁਣ ਬਹੁਤ ਕਰਪਸ਼ਨ ਦੇ ਚਾਰਜਸ ਵੀ ਲੱਗ ਰਹੇ ਨੇ। ਮਤਲਬ ਜੇ ਮਤਲਬ ਕਾਰਵਾਈ ਦੀ ਗੱਲ ਕਰੀਏ, ਕਾਰਵਾਈ ਇੱਕ ਜਿਵੇਂ ਕਹਿੰਦੇ ਕਿ ਸਿਰਫ ਦਿਖਾਵੇ ਮਾਤਰ ਦੀ ਹੈ। ਤੁਸੀਂ ਵਿਜੇ ਸਿੰਗਲਾ ਨੂੰ ਕੱਢਿਆ ਮਤਲਬ ਆਪਣੇ ਕੈਬਨਿਟ ਚੋਂ, ਮੁੜ ਕੇ ਉਹਦਾ ਪਤਾ ਹੀ ਨਹੀਂ ਹੈ ਵੀ ਉਹ ਕੀ ਉਹਦੇ ਤੇ ਕੋਈ ਚਾਰਜਸ ਸੀਗੇ ਵੀ ਕਿ ਨਹੀਂ ਸੀਗੇ, ਜੇ ਸੀ ਤਾਂ ਕੀ ਸੀਗੇ, ਤੇ ਉਹਨਾਂ ਦਾ ਫਿਰ ਹੋਇਆ ਕੀ, ਅਗਰ ਉਸ ਕੇਸ ਦਾ ਕੀ ਬਣਿਆ, 2 ਸਾਲ ਤੋਂ ਉੱਤੇ ਟਾਈਮ ਹੋ ਚੁੱਕਿਆ, ਮਤਲਬ ਉਹਦਾ ਹੋਇਆ ਕੀ। ਇਸੇ ਤਰ੍ਹਾਂ ਹੀ ਜਿਹੜੇ ਬਾਕੀ ਨੇ, ਚਾਹੇ ਫੌਜਾ ਸਿੰਘ ਸਰਾਰੀ ਦੀ ਗੱਲ ਕਰ ਲਓ ਜਾਂ ਹੋਰ ਮਿਨਿਸਟਰਸ ਦੀ ਗੱਲ ਕਰ ਲਓ ਜਾਂ ਇਹਨਾਂ ਦੇ ਆਪਣੇ ਨੇੜਲੇ ਹੈਗੇ ਨੇ ਜਿਵੇਂ OST ਨੂੰ ਹਟਾਇਆ ਇੱਕ ਉਹਦੀ ਗੱਲ ਕਰ ਲਓ, ਚਾਰ ਮਤਲਬ ਇਹ ਆਰੋਪ ਨੇ। ਜੇ ਕਿਤੇ ਆਰੋਪਾਂ ਨੂੰ ਆਪਾਂ ਕਹਿੰਦੇ ਨੇ ਵੀ ਕਿਤੇ ਕੁਛ ਚੱਲ ਰਿਹਾ ਤਾਂ ਹੀ ਧੂੰਆਂ ਉੱਠ ਰਿਹਾ ਨਾ, ਜੇ ਉਹਨਾਂ ਆਰੋਪਾਂ ਦੇ ਵਿੱਚ ਕੋਈ ਜਾਨ ਹੈਗੀ ਹੈ ਤਾਂ ਅਗਰ ਕੋਈ ਕਾਰਵਾਈ ਚੰਗੀ ਕੀਤੀ ਹੁੰਦੀ, ਕੋਈ ਚਾਹੇ ਇੱਕੋ ਹੀ ਗੱਲ ਕੀਤੀ ਹੁੰਦੀ, ਤਾਂ ਮੈਨੂੰ ਲੱਗਦਾ ਕਿ ਬਾਕੀ ਸਾਰਿਆਂ ਨੂੰ ਵੀ ਇੱਕ ਸੁਨੇਹਾ ਹੋ ਜਾਂਦਾ ਵੀ ਇਹ ਸਰਕਾਰ ਕੁਛ ਅਲੱਗ ਇਰਾਦੇ ਤੋਂ ਆਈ ਹੈ। ਪਰ ਹੁਣ ਜਿਹੜਾ ਹੁਣ 2.5 ਸਾਲ ਹੋ ਚੁੱਕੇ, ਮਤਲਬ ਇਹ ਸਰਕਾਰ ਦਾ ਅੱਧਾ ਵਕਤ ਪੂਰਾ ਹੋ ਗਿਆ, ਅੱਧਾ ਰਹਿ ਗਿਆ ਹਨਾ, ਤਾਂ ਉਹਦੇ ਵਿੱਚ ਜੇ ਤੁਸੀਂ ਦੇਖੋ ਤਾਂ ਤੁਹਾਨੂੰ ਇਹ ਲੱਗੇਗਾ ਕਿ ਵੀ ਜਿਹੜਾ ਅੱਧਾ ਵਕਤ ਪੂਰਾ ਹੋ ਗਿਆ ਉਹਦੇ 'ਚ ਜਿੰਨੀ ਕਰਪਸ਼ਨ ਦੇ ਚਾਰਜਸ ਜਾਂ ਜਿੰਨੀ ਥੱਲੜੇ ਲੈਵਲ ਤੇ ਕਰਪਸ਼ਨ ਹੋ ਰਹੀ ਹੈ ਉਹ ਹੁਣ ਹੈ ਇੰਨੀ। ਮਤਲਬ ਮੈਨੂੰ ਤਾਂ ਪਿਛਲੀਆਂ ਦੇਖੋ, ਮੈਂ ਤਾਂ ਪਿਛਲੀਆਂ 96 ਤੋਂ ਕਵਰ ਕਰਦਾ ਆ ਰਿਹਾ ਸਰਕਾਰਾਂ ਨੂੰ, ਪਰ ਮੈਨੂੰ ਨਹੀਂ ਲੱਗਦਾ ਵੀ ਇੰਨੀਆਂ ਸਰਕਾਰਾਂ। ਹਾਂ, 97 ਤੋਂ 2002 ਵਾਲੀ ਸਰਕਾਰ 'ਚ ਜ਼ਰੂਰ ਬਹੁਤ ਜ਼ਿਆਦਾ ਕਰਪਸ਼ਨ ਸੀ, ਜਦੋਂ ਪੈਸੇ ਲੈ ਕੇ ਕਦੀ PCS ਲਾ ਤੇ, ਕਦੀ PPS ਭਰਤੀਆਂ ਹੋ ਗਈਆਂ, ਇਸ ਤਰ੍ਹਾਂ ਦੀਆਂ ਚਾਰਜਸ ਬਹੁਤ ਸੀਗੇ ਉਦੋਂ। ਪਰ ਉਸ ਤੋਂ ਬਾਅਦ ਇਹਨੂੰ ਠੱਲ ਜ਼ਰੂਰ ਪਈ ਸੀ, ਪਰ ਫਿਰ ਹੌਲੀ ਹੌਲੀ ਫਿਰ ਉੱਥੇ ਹੀ ਚਲਾ ਗਿਆ। ਮੈਨੂੰ ਲੱਗਦਾ ਕਿ ਸਾਡੇ ਸਿਸਟਮ ਹੀ ਹੁਣ ਇੱਦਾਂ ਦੇ ਬਣ ਚੁੱਕੇ ਆ ਜਿਸ 'ਚ ਤੁਸੀਂ ਜਿੰਨੀ ਮਰਜ਼ੀ ਗੱਲ ਕਰਦੇ ਰਹੋ, ਪਰ ਜਦ ਤੱਕ ਤੁਹਾਡੀ ਆਪਣੀ ਨੀਅਤ ਨਹੀਂ ਹੈਗੀ ਕਿ ਵੀ ਅਸੀਂ ਇਹਨੂੰ ਗੰਦਗੀ ਨੂੰ ਸਾਫ਼ ਕਰਨਾ, ਮੈਨੂੰ ਲੱਗਦਾ ਤਾਂ ਤੱਕ ਇਹ ਹੋਏਗਾ ਨਹੀਂ। ਤੁਹਾਡਾ ਇਲੈਕਸ਼ਨ ਸਿਸਟਮ ਸਾਰਾ ਇੰਨਾ ਜ਼ਿਆਦਾ ਕਰਪਟ ਹੋ ਚੁੱਕਿਆ ਜਾਂ ਇੰਨਾ ਜ਼ਿਆਦਾ ਉਸ 'ਚ ਪੈਸੇ ਦੀ ਭਰਮਾਰ ਤੁਸੀਂ ਕਰਤੀ ਹੈ, ਆਖਿਰ ਫਿਰ ਉਹ ਪੈਸਾ ਆਏਗਾ ਕਿੱਥੋਂ? ਜੇ ਇਸ ਤਰ੍ਹਾਂ ਦੀਆਂ ਕਰਪਸ਼ਨ ਨੂੰ ਤੁਸੀਂ ਰੋਕਤਾ, ਫਿਰ ਉਹ ਪੈਸਾ ਆਊਗਾ ਕਿੱਥੇ? ਤੁਸੀਂ ਅਗਲੇ ਇਲੈਕਸ਼ਨ ਵੀ ਲੜਨੇ ਆ ਜਾਂ ਟਾਈਮ ਟੂ ਟਾਈਮ ਜਿਹੜੇ ਇਲੈਕਸ਼ਨ ਆਉਂਦੇ ਆ ਉਹ ਲੜਨੇ ਆ, ਫਿਰ ਪਾਰਟੀ ਕੋਲੇ ਸਿਵਾਏ ਪੰਜਾਬ ਤੋਂ ਤੁਸੀਂ ਦੇਖੋ ਜਿਹੜੀ ਫੁੱਲ ਫਲੈਸ਼ਡ ਅਗਰ ਕੋਈ ਸਟੇਟ ਹੈ ਤਾਂ ਉਹਨਾਂ ਕੋਲ ਇਕੱਲੀ ਪੰਜਾਬ ਹੈ, ਦਿੱਲੀ ਵਾਲੀ ਵੀ ਉਹਨਾਂ ਕੋਲੇ ਫੁੱਲ ਫਲੈਸ਼ਡ ਨਹੀਂ ਹੈ, ਇਸ ਕਰਕੇ ਉੱਥੋਂ ਕੋਈ ਬਹੁਤਾ ਪੈਸਾ ਆਉਣ ਦੀ ਉਮੀਦ ਨਹੀਂ ਸੀ। ਜਿਹੜਾ ਇੱਕ ਐਕਸਾਈਜ਼ ਡਿਪਾਰਟਮੈਂਟ ਸੀਗਾ ਉਹਦੇ 'ਤੇ ਐਡੇ ਵੱਡੇ ਚਾਰਜਸ ਲੱਗੇ ਕਿ ਮੁੱਖ ਮੰਤਰੀ ਤੋਂ ਲੈ ਕੇ
ਕਿੰਨੇ ਮਨਿਸਟਰਾਂ ਤੱਕ ਨੂੰ ਅੰਦਰ ਜਾਣਾ ਪਿਆ। ਤਾਂ ਇਹ ਸਾਰੀਆਂ ਚੀਜ਼ਾਂ ਨੂੰ ਜੇ ਤੁਸੀਂ ਇਕੱਠਾ ਕਰੋ ਤਾਂ ਤੁਹਾਨੂੰ ਲੱਗੂਗਾ ਕਿ ਇਸ ਸਰਕਾਰ ਨੇ ਵੀ ਕਰਪਸ਼ਨ ਨੂੰ ਰੋਕਣ ਲਈ ਕੋਈ ਕਾਰਗਰ ਕਦਮ ਨਹੀਂ ਉਠਾਏ। ਮੈਂ ਕਾਰਗਰ ਸ਼ਬਦ ਇਸ ਕਰਕੇ ਯੂਜ਼ ਕਰ ਰਿਹਾ ਕਿ ਕਦਮ ਤਾਂ ਤੁਸੀਂ ਕਹਿ ਸਕਦੇ ਹੋ ਵੀ ਦੇਖੋ ਜੀ ਉਹਨਾਂ ਨੇ ਆਪਣੇ ਮੰਤਰੀ ਨੂੰ ਹਟਾਤਾ। ਮੰਤਰੀ ਨੂੰ ਹਟਾਉਣਾ ਇੱਕ ਚੀਜ਼ ਹੈ, ਪਰ ਉਹ ਅਗਰ ਮੰਤਰੀ ਕਰਪਟ ਸੀ ਤਾਂ ਤੁਸੀਂ ਕੀ ਉਹਦੇ ਤੇ ਕਾਰਵਾਈ ਕੀਤੀ? ਜੇ ਕਰਪਟ ਨਹੀਂ ਸੀ ਤਾਂ ਫਿਰ ਉਹਨੂੰ ਕੱਢਿਆ ਕਿਉਂ? ਸੋ ਲੋਕ ਇਹ ਹੁਣ ਸਵਾਲ ਕਰਦੇ ਨੇ, ਜਿਹੜੇ ਸਵਾਲ ਇਹਨਾਂ ਨੇ ਇਲੈਕਸ਼ਨ ਤੋਂ ਪਹਿਲਾਂ ਲੋਕ ਉਹਨਾਂ ਦੀ ਸਰਕਾਰਾਂ ਨੂੰ ਕੀਤੇ, ਹੁਣ ਲੋਕ ਇਹਨਾਂ ਤੋਂ ਕਰਦੇ ਆ। ਤੇ ਮੈਨੂੰ ਜਿੱਥੇ ਤੱਕ ਲੱਗ ਰਿਹਾ ਵੀ ਜਿਹੜਾ ਸਵਾਲ ਕਰਨ ਤੇ ਉੱਤੇ ਜਿਹੜੀਆਂ ਰੋਕਾਂ ਹੈ ਉਹ ਜਿਹੜੀਆਂ ਲੱਗੀਆਂ ਨੇ, ਉਹਦੇ ਕਰਕੇ ਥੱਲੇ ਤੱਕ ਜਿਹੜੀ ਹੈਗੀ ਆ ਉਹ ਬਹੁਤ ਜ਼ਿਆਦਾ ਨਿਰਾਸ਼ਾ ਲੋਕਾਂ 'ਚ ਫੈਲ ਗਈ ਹੈ। ਇਹ ਵੀ ਇੱਕ ਵੱਡਾ ਕਾਰਨ ਹੈ ਕਿ ਸਿਰਫ 2-2.5 ਸਾਲ ਦੇ ਕਾਰਜਕਾਲ ਦੇ ਵਿੱਚ ਹੀ ਇਹ ਸਰਕਾਰ ਦੀ ਬਹੁਤ ਜ਼ਿਆਦਾ ਸਜੀਅਤ ਹੋ ਰਹੀ ਹੈ। ਨਹੀਂ, ਜਿਹੜਾ ਮੁੱਢਲਾ ਸਵਾਲ ਨਾਲ ਇਹ ਸੀਗਾ ਕਿ ਕੇਜਰੀਵਾਲ ਸਾਹਿਬ ਦਾ ਇਸ ਮਾਮਲੇ ਤੇ ਸਾਰੇ ਤੇ ਚੁੱਪ ਰਹਿਣਾ ਕਿ ਚੱਲ ਕੀ ਰਿਹਾ ਸਰਕਾਰ ਦੇ ਅੰਦਰ? ਨਹੀਂ, ਮੈਨੂੰ ਲੱਗਦਾ ਕਿ ਚੁੱਪ ਨਹੀਂ ਹੈ ਉਹ, ਜਿਹੜੀ ਇਹ ਤੁਸੀਂ ਦੇਖੋ ਜਿਹੜੇ ਆ 4 ਮੰਤਰੀ ਅਗਰ ਕੱਢੇ ਹੈਗੇ ਨੇ ਤਾਂ ਇਹ ਚੁੱਪੀ ਨਹੀਂ ਹੈ। ਕਈ ਵਾਰੀ ਜਿਹੜੇ ਵੱਡੇ ਲੀਡਰ ਹੁੰਦੇ, ਜਿਹੜੇ ਸੁਪਰੀਮੋ ਹੁੰਦੇ ਨੇ, ਉਹ ਬੋਲ ਕੇ ਨਹੀਂ ਕੰਮ ਕਰਦੇ, ਉਹ ਕੰਮ ਕਰ ਦਿੰਦੇ ਨੇ ਵੀ ਚੱਲ ਇਹ ਸ਼ਿਕਾਇਤਾਂ ਆ ਰਹੀਆਂ ਤਾਂ ਇਹਨੂੰ ਯਾਰ ਕਿਸੇ ਤਰ੍ਹਾਂ ਦੂਰ ਕੀਤਾ ਜਾਏ। ਮੈਂ ਜਿਵੇਂ ਤੁਹਾਨੂੰ ਦੱਸਿਆ ਨਾ ਕਿ ਸਿਸਟਮ ਹੀ ਸਾਡਾ ਇੱਦਾਂ ਦਾ ਹੈ ਨਹੀਂ ਕਿ ਤੁਸੀਂ ਮਤਲਬ ਉਹਨਾਂ ਨਾਲ ਗੱਲ ਕਰ ਸਕੋ। ਕਿਸ ਤਰ੍ਹਾਂ ਕੋਈ ਕੀ ਕੋਈ ਰਿਪੋਰਟਰ ਹੈ ਜਿਹੜਾ ਇਹ ਕਹੇ ਕਿ ਮੈਂ ਕੇਜਰੀਵਾਲ ਹੋਰਾਂ ਦੀ ਇੰਟਰਵਿਊ ਕੀਤੀ ਤੇ ਉਹਨੂੰ ਪੰਜਾਬ ਨੂੰ ਲੈ ਕੇ ਸਾਰੇ ਸਵਾਲ ਪੁੱਛੇ? ਜਾਂ ਭਗਵੰਤ ਮਾਨ ਹੋਣੀ ਵੀ ਤੁਸੀਂ ਦੇਖੋ ਜਦੋਂ ਪ੍ਰੈਸ ਕਾਨਫਰੰਸ ਕਰਦੇ ਆ ਤਾਂ ਬਹੁਤ ਹੀ ਜਿਹੜੇ ਸਖ਼ਤ ਸਵਾਲ ਅਗਰ ਹੁੰਦੇ ਆ ਤਾਂ ਉਹਦੀ ਪ੍ਰੈਸ ਕਾਨਫਰੰਸ ਛੋੜ ਦਿੰਦੇ ਆ। ਤੇ ਇਸ ਤਰ੍ਹਾਂ ਦਾ ਸਿਸਟਮ ਹੀ ਏਦਾਂ ਹੈ ਕਿ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਵੀ ਬੋਲਦੇ ਨੀ, ਬੋਲਿਆ ਤਾਂ ਬੋਲਣ ਵਾਲਾ ਤਾਂ ਸਿਸਟਮ ਹੀ ਨਹੀਂ ਰਿਹਾ। ਬੋਲਿਆ ਤਾਂ ਜਾਊਗਾ ਜਦੋਂ ਤੁਸੀਂ ਕਿਸੇ ਨਾਲ ਕੋਈ ਇੰਟਰਵਿਊ ਕਰ ਰਹੇ ਹੋ, ਕਿਸੇ ਦੇ ਸਵਾਲਾਂ ਦੇ ਜਵਾਬ ਦੇ ਰਹੇ ਹੋ, ਕੋਈ ਹੋਰ ਤੁਸੀਂ ਪੈਟਰਨ ਅਪਣਾ ਲਿਆ ਜਿੱਥੇ ਲੋਕਾਂ ਦੇ ਸਵਾਲ ਨੇ ਤੇ ਤੁਸੀਂ ਉਹਨਾਂ ਦੇ ਸਵਾਲਾਂ ਦੇ ਜਵਾਬ ਦੇ ਰਹੇ ਹੋ, ਇਸ ਤਰ੍ਹਾਂ ਦਾ ਕੋਈ ਪੈਟਰਨ ਹੀ ਨਹੀਂ ਹੈ। ਇਸ ਕਰਕੇ ਇਹ ਗੱਲ ਬਾਹਰ ਹੀ ਨਹੀਂ ਆਉਂਦੀ ਕਿ ਉਹ ਪਾਰਟੀ ਬਾਰੇ ਕੀ ਸੋਚ ਰਹੇ ਨੇ, ਜੇ ਪਾਰਟੀ ਦੇ ਵਿੱਚ ਕੁਛ ਗਲਤ ਚੱਲ ਰਿਹਾ ਤਾਂ ਉਹਨੂੰ ਠੀਕ ਕਰਨ ਲਈ ਕਿਸ ਦਿਸ਼ਾ ਵੱਲ ਕੰਮ ਕਰ ਰਹੇ। ਤਾਂ ਸੋ ਸਿੱਧਾ ਹੀ ਹੈ, ਜਿਹੜੇ ਲੋਕ ਚਾਹੇ MLAs ਹੋਣ ਚਾਹੇ ਮੰਤਰੀ ਹੋਣ, ਆਪਾਂ ਬਾਰ ਬਾਰ ਤੁਸੀਂ ਦੇਖੋ ਕਿੰਨੀ ਵਾਰੀ ਇਹ ਖਬਰਾਂ ਆ ਚੁੱਕੀਆਂ ਨੇ ਕਿ ਗਰੁੱਪ ਦੇ ਵਿੱਚ ਮੰਤਰੀ ਔਰ MLAs ਜਾ ਕੇ ਦਿੱਲੀ ਉਹਨਾਂ ਨੂੰ ਮਿਲਦੇ ਰਹੇ ਆ, ਔਰ ਜਦ ਤੱਕ ਉਹ ਜੇਲ੍ਹ 'ਚ ਅੰਦਰ ਸੀਗੇ ਉਹ ਕਿਸੇ ਵਾਇਆ ਮੀਡੀਆ ਮਿਲਦੇ ਰਹੇ, ਚਾਹੇ ਉਹ ਸੰਜੇ ਸਿੰਘ ਹੋਣ ਚਾਹੇ ਉਹਨਾਂ ਦੀ ਵਾਈਫ ਹੋਏ ਕੇਜਰੀਵਾਲ ਸਾਹਿਬ ਦੀ, ਉਹਦੇ ਥਰੂ ਵੀ ਆਪਣੀ ਗੱਲ ਪਹੁੰਚਾਉਂਦੇ ਰਹੇ ਆ। ਸੋ ਜਿਹੜੀ ਇਹ ਮੈਨੂੰ ਲੱਗਾ ਕਾਰਵਾਈ ਹੋਈ ਹੈ ਇੰਨੇ ਦੇਖੋ 2.5 ਸਾਲ ਦੇ ਅਰਸੇ ਦੇ ਅੰਦਰ 4 ਵੱਡੇ ਫੇਰ ਬਦਲ ਹੋਣਾ ਕੋਈ ਛੋਟੀ ਗੱਲ ਨਹੀਂ ਹੈ, ਮੈਂ ਇਹਨੂੰ ਛੋਟੀ ਨਹੀਂ ਮੰਨਦਾ। ਬਹੁਤ ਨਿਰਾਸ਼ਾ ਫੈਲ ਜਾਂਦੀ ਹੈ ਪਾਰਟੀ ਦੇ ਵਿੱਚ ਵੀ, MLAs ਦੇ ਵਿੱਚ ਵੀ, ਔਰ ਜਿਹੜੇ ਮਿਨਿਸਟਰ ਹੈਗੇ ਆ ਉਹਨਾਂ ਦੇ ਵਿੱਚ ਵੀ। ਕਿਹੜਾ ਮਿਨਿਸਟਰ ਤੁਸੀਂ ਦੇਖੋ ਅੱਜ ਦੀ ਡੇਟ ਦੇ ਵਿੱਚ ਕੋਈ ਮਿਨਿਸਟਰ ਆਪਣੇ ਆਪ ਨੂੰ ਇਹ ਕਹਿ ਸਕਦਾ ਵੀ ਜਿਹੜੇ ਉਹ ਬੈਠ ਗਿਆ ਕੁਰਸੀ ਤੇ ਤੇ ਅੰਤ ਤੱਕ ਬੈਠਾ ਹੀ ਰਹੇਗਾ, ਉਹਨੂੰ ਹਿਲਾ ਨਹੀਂ ਸਕਦਾ ਕੋਈ? ਮੈਨੂੰ ਲੱਗਦਾ ਕਿ ਕੋਈ ਇਸ ਤਰ੍ਹਾਂ ਦਾ ਹੈ ਹੀ ਨਹੀਂ ਹੈ। ਜਦੋਂ ਤੁਸੀਂ ਐਡੇ ਵੱਡੇ 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 ਮਿਨਿਸਟਰ ਉਹਨਾਂ ਦੇ ਕੱਢਤੇ ਤਾਂ ਇੱਥੇ ਜਿਹਨਾਂ ਕੋਲ 6-6, 7-7 ਮਹਿਕਮੇ ਸੀਗੇ, ਜਿਹੜਾ ਲੱਗਦਾ ਸੀ ਵੀ ਸਾਰੇ ਤੋਂ ਜ਼ਿਆਦਾ ਪਾਵਰਫੁਲ ਮਿਨਿਸਟਰ ਹੈ, ਉਹ ਵੀ ਤੁਸੀਂ ਮਤਲਬ ਹਟਾ ਤਾ ਹੈ, ਤਾਂ ਕਿਹੜਾ ਬੰਦਾ ਸੁਰੱਖਿਅਤ ਹੈ? ਤੇ ਜਿਹੜਾ ਬੰਦਾ ਸੁਰੱਖਿਅਤ ਨਹੀਂ ਤਾਂ ਤੁਸੀਂ ਕੀ ਆਸ ਕਰ ਸਕਦੇ ਹੋ ਕਿ ਉਹ ਆਪਣੇ ਮਹਿਕਮੇ ਨੂੰ ਟਾਈਮ ਦੇ ਪਾਏਗਾ, ਆਪਣੇ ਮਹਿਕਮੇ 'ਚ ਕੁਛ ਕੰਮ ਕਰ ਪਾਏਗਾ ਜਾਂ ਪੰਜਾਬ ਲਈ ਕੁਛ ਸੋਚ ਪਾਏਗਾ? ਮੈਨੂੰ ਇਸਦੀ ਉਮੀਦ ਬਹੁਤ ਹੀ ਘੱਟ ਲੱਗਦੀ ਹੈ। ਜਦੋਂ ਤੁਸੀਂ ਇੱਦਾਂ ਫ੍ਰੀਕੁਐਂਟਲੀ ਫੇਰ ਬਦਲ ਕਰਦੇ ਹੋ ਤਾਂ ਮੈਨੂੰ ਲੱਗਦਾ ਕਿ ਉਦੋਂ ਫਿਰ ਇਸ ਤਰ੍ਹਾਂ ਦੀ ਆਸ ਸਾਨੂੰ ਛੱਡ ਦੇਣੀ ਚਾਹੀਦੀ।
ਓਐਸਡੀ ਦੀ ਬਦਲੀ ਨੂੰ ਲੈ ਕੇ, ਮਤਲਬ ਕਿ ਓਐਸਡੀ ਨੂੰ ਹਟਾਉਣ ਨੂੰ ਲੈ ਕੇ ਤੇ ਇੱਕ ਹੋਰ ਓਐਸਡੀ ਦੀਆਂ ਚਰਚਾਵਾਂ, ਇਹਦੇ ਇਹਦਾ ਇਹਨੇ ਨੂੰ ਅਸੀਂ ਕਿਵੇਂ ਸਮਝੀਏ ਕਿ ਸਰਕਾਰ ਦੇ ਵਿੱਚ ਚੱਲ ਕੀ ਰਿਹਾ? ਕੀ ਇਹਦੀ ਕੋਈ ਅੰਦਰ ਦੀ ਖਬਰ ਸਾਹਮਣੇ ਆਈ ਕਿ ਕਿਉਂ ਓਐਸਡੀ ਜਿਹੜੇ ਨੇ ਉਹ ਹਟਾਏ ਜਾ ਰਹੇ ਨੇ ਜਾਂ ਉਹਨਾਂ ਤੋਂ ਅਸਤੀਫੇ ਲਏ ਜਾ ਰਹੇ ਨੇ ਜਾਂ ਉਹ ਅਸਤੀਫੇ ਦੇ ਕੇ ਅੱਗੇ ਵੱਧ ਰਹੇ ਨੇ? ਕਿਉਂਕਿ ਬਹੁਤ ਸਾਰੀਆਂ ਚਰਚਾਵਾਂ ਕਿ ਮੁੱਖ ਮੰਤਰੀ ਸਾਹਿਬ ਆਪ ਇਹਦੇ ਵਿੱਚ ਇੰਟਰਸਟ ਰੱਖਦੇ ਨੇ, ਇਸ ਕਰਕੇ ਸਾਰਾ ਫੇਰ ਬਦਲ ਹੋਇਆ। ਹਾਲੇ ਵੀ ਉਹ ਅਸਲ ਸੱਚਾਈ ਸਾਹਮਣੇ ਨਹੀਂ ਆ ਰਹੀ ਕਿ ਓਮਕਾਰ ਸਿੰਘ ਨੂੰ ਕਿਉਂ ਹਟਾਇਆ ਜਾਂ ਇੱਕ ਹੋਰ ਓਐਸਡੀ ਦੀ ਖਬਰ ਕਿਉਂ ਚੱਲੀ ਮੀਡੀਆ ਦੇ ਵਿੱਚ। ਬਿਲਕੁਲ ਠੀਕ ਹੈ ਤੁਹਾਡੀ ਗੱਲ ਕਿ ਹਜੇ ਤੱਕ ਸੱਚਾਈ ਬਾਹਰ ਨਹੀਂ ਆਈ। ਅਸੀਂ ਵੀ ਬਹੁਤ ਟਰਾਈ ਕਰ ਰਹੇ ਸੀਗੇ ਕਿ ਲਗਾਤਾਰ ਕਿਸੇ ਨਾ ਕਿਸੇ ਅਜਿਹੇ ਸੰਪਰਕ ਨੂੰ ਮਿਲਿਆ ਜਾਏ ਜਿਸ ਤੋਂ ਇਹ ਪਤਾ ਚੱਲ ਸਕੇ ਵੀ ਇਹ ਕਾਰਵਾਈ ਹੋਈ ਕਿਉਂ। ਫਿਰ ਵੀ ਇਹ ਗੱਲ ਜਿੰਨੀ ਕੁ ਛਣ ਕੇ ਬਾਹਰ ਆ ਰਹੀ ਹੈ, ਮੈਨੂੰ ਨਹੀਂ ਪਤਾ ਹੁਣ ਉਹਦੇ ਚ ਸੱਚਾਈ ਕਿੰਨੀ ਹੈ ਕਿ, ਲੇਕਿਨ ਪੂਰੇ ਜਿਹੜੇ ਪੋਲੀਟੀਕਲ ਸਰਕਲ ਹੈ ਜਾਂ ਇੱਥੇ ਦਾ ਜਿਹੜਾ ਸੱਤਾ ਦਾ ਗਲਿਆਰਾ ਹੈ ਜੇ ਤੁਸੀਂ ਇਹਨੂੰ ਕਹੋ, ਤਾਂ ਇਹਦੇ ਵਿੱਚ ਇੱਕ ਚੀਜ਼ ਤਾਂ ਚੱਲ ਹੀ ਰਹੀ ਹੈ ਵੀ ਜੋ ਵੀ ਕੰਮ ਅਗਰ ਕਰਵਾਉਣੇ ਹੈਗੇ ਨੇ ਉਹ ਵਾਇਆ ਧੂਰੀ ਜਿਹੜੇ ਉਹਨਾਂ ਦੇ ਓਐਸਡੀ ਬੈਠੇ ਹੈ ਉਹਨਾਂ ਦੇ ਰਾਹੀਂ ਹੋ ਰਹੇ ਸੀ। ਕੌਣ ਉਹਨਾਂ ਤੱਕ ਸੰਪਰਕ ਕਰ ਰਿਹਾ ਸੀ, ਉਹਨਾਂ ਨੂੰ ਸੰਪਰਕ ਕਰਨ ਦੇ ਸਾਧਨ ਕੀ ਨੇ, ਇਹ ਹਜੇ ਤੱਕ ਚੀਜ਼ਾਂ ਬਾਹਰ ਨਹੀਂ ਆ ਰਹੀਆਂ। ਔਰ ਨਾ ਹੀ ਕੋਈ ਉਹਨਾਂ ਨੂੰ ਏਦਾਂ ਵੀ ਨਹੀਂ ਕੋਈ ਲੱਗਿਆ ਕਿ ਕੋਈ ਐਲੀਗੇਸ਼ਨ ਲਗਾ ਕੇ ਉਹਨਾਂ ਨੂੰ ਕੱਢਿਆ ਗਿਆ, ਪਰ ਜਿਹੜੇ ਮਤਲਬ ਕੰਮ ਕਾਰ ਦੇ ਵਿੱਚ ਜਿਹੜਾ ਕੁਝ ਚੱਲ ਰਿਹਾ ਉਸ ਤੋਂ ਇਹ ਚਰਚਾਵਾਂ ਜ਼ਰੂਰ ਸੀ ਵੀ ਪਾਰਟੀ ਇਸ ਗੱਲ ਤੋਂ ਖਫਾ ਹੈ ਕਿ ਇੰਨੀ ਜ਼ਿਆਦਾ ਬਦਨਾਮੀ ਸਾਡੀ ਇੰਨੇ ਛੋਟੇ ਕਾਰਜਕਾਲ ਦੇ ਵਿੱਚ ਹੋ ਗਈ ਹੈ। ਤੁਸੀਂ ਦੇਖੋ ਦਿੱਲੀ ਦੇ ਵਿੱਚ ਆਲਮੋਸਟ ਪਾਰਟੀ ਨੂੰ 10 ਸਾਲ ਦਾ ਵਕਫਾ ਹੋ ਗਿਆ, ਪਰ ਉੱਥੇ ਅਗਰ ਐਕਸਾਈਜ਼ ਵਾਲਾ ਤੁਸੀਂ ਛੱਡ ਦਿਓ ਐਪੀਸੋਡ, ਤਾਂ ਉੱਥੇ ਕੋਈ ਵੀ ਵੱਡਾ ਕਰਪਸ਼ਨ ਦਾ ਐਲੀਗੇਸ਼ਨ ਨਹੀਂ ਆਇਆ ਉੱਥੇ, ਜੇ ਤੁਸੀਂ ਮਤਲਬ ਛੋੜ ਦਿਓ ਉਹਨਾਂ ਨੂੰ ਮਤਲਬ ਕਿ ਐਕਸਾਈਜ਼ ਵਾਲੇ 'ਚ ਜ਼ਰੂਰ ਕੁਛ ਨਾ ਕੁਛ ਵਾਪਰਿਆ, ਮਤਲਬ ਕੁਛ ਇਹੋ ਜਿਹਾ ਵਾਪਰਿਆ ਜਿਸ ਤੋਂ ਇਹ ਲੱਗ ਰਿਹਾ ਹੈ ਕਿ ਕੋਈ ਵੱਡਾ ਘੁਟਾਲਾ ਹੋਣਾ ਸੀ ਉਹਨੂੰ ਪਹਿਲਾਂ ਹੀ ਨੱਪ ਲਿਆ ਗਿਆ। ਸੋ ਇਹਨੂੰ ਆਪਾਂ ਛੱਡ ਦਿੰਦੇ ਹਾਂ, ਪਰ ਉਸ ਤੋਂ ਇਲਾਵਾ ਜੇ ਤੁਸੀਂ ਦੇਖੋ ਮਤਲਬ ਕਾਫੀ ਮਹਿਕਮੇ ਹਜੇ ਵੀ ਸਟੇਟ ਗਵਰਨਮੈਂਟ ਕੋਲ ਹੁੰਦੇ ਆ, ਹਾਲਾਂਕਿ ਵੱਡੇ ਬਹੁਤੇ ਮਹਿਕਮੇ ਤਾਂ ਸੈਂਟਰ ਕੋਲ ਹੁੰਦੇ, ਲੇਕਿਨ ਛੋਟੇ ਮਹਿਕਮੇ ਫਿਰ ਵੀ ਹਜੇ ਹੈ, ਪਰ ਉੱਥੇ ਕੋਈ ਇਸ ਤਰ੍ਹਾਂ ਦੀ ਚੀਜ਼ ਸਾਹਮਣੇ ਨਹੀਂ ਆਈ ਜਿਸ ਤੋਂ ਤੁਹਾਨੂੰ ਇਹ ਲੱਗੇ ਕਿ ਉੱਥੇ ਬਹੁਤ ਕਰਪਸ਼ਨ ਹੈ। ਇਸ ਕਰਕੇ ਸ਼ਾਇਦ ਸਰਕਾਰ ਵਾਰ ਵਾਰ ਚੁਣੀ ਜਾ ਰਹੀ ਹੈ, ਲਗਾਤਾਰ 3 ਵਾਰ ਚੁਣੀ ਜਾ ਚੁੱਕੀ ਹੈ, 4ਵੀਂ ਵਾਰ ਉਹ ਦੁਬਾਰਾ ਨਵੰਬਰ ਦੇ ਵਿੱਚ ਫਿਰ ਤੋਂ ਇਲੈਕਸ਼ਨ ਦੇ ਉਸ 'ਚ ਜਾਣ ਦੇ ਮੂਡ 'ਚ ਨੇ, ਤੇ ਮੈਨੂੰ ਉਹ ਸਾਰਿਆਂ ਤੋਂ ਲੱਗਦਾ ਕਿ ਇੱਥੇ ਉਹ ਚੀਜ਼ 2.5 ਸਾਲਾਂ 'ਚ ਹੀ ਵਿਕਦੀ। 2.5 ਸਾਲ ਤਾਂ ਬੰਦੇ ਇਹ ਸੋਚਦੇ ਵੀ ਯਾਰ ਉਹ ਇੱਕ ਵਾਰ ਜਦੋਂ ਬਣ ਗਿਆ, ਲੋਕਾਂ ਨੇ 92 ਬੰਦੇ ਜਿਤਾ ਕੇ ਜਿਹੜਾ ਮਤਲਬ ਫਤਵਾ ਦਿੱਤਾ ਹੈ, ਬੰਦੇ ਤਾਂ ਉਸ 'ਚ ਮਤਲਬ ਡਿਟਰਮੀਨੇਸ਼ਨ ਨਾਲ ਲੱਗ ਜਾਂਦੇ ਆ ਕਿ ਯਾਰ ਕੰਮ ਪੂਰਾ ਕਰਕੇ ਇਹ ਜਾਂ ਆਪਣੀ ਸਥਿਤੀ ਬਣਾ ਲਈਏ ਕਿ ਯਾਰ ਕੱਲ ਨੂੰ ਲੋਕ ਆਪ ਵੋਟ ਪਾਉਣ। ਪਰ ਮੈਨੂੰ ਲੱਗਦਾ ਕਿ ਇੱਥੇ ਤਾਂ ਬਿਲਕੁਲ ਹੀ ਉਲਟਾ ਹੋਇਆ ਪਿਆ। ਬਿਲਕੁਲ, ਵੈਸੇ ਇੰਦਰਪ੍ਰੀਤ ਜੀ ਇਹ ਤੁਸੀਂ ਬਹੁਤ ਵੱਡੀ ਗੱਲ ਕੀਤੀ ਹੈ ਕਿ 2.5 ਸਾਲ ਦਾ ਕਾਰਜਕਾਲ ਬਣਾਵੋ ਦਿੱਲੀ ਵਾਲਾ ਮਾਡਲ ਕਿ ਪੂਰੀ ਸਮੁੱਚੀ ਆਮ ਆਦਮੀ ਪਾਰਟੀ ਜਿਹੜੀ ਆ ਉਹਦੇ ਤੇ ਠੱਪਾ ਲੱਗ ਜਾਂਦਾ, ਕੇਜਰੀਵਾਲ ਸਾਹਿਬ ਤੇ ਲੱਗ ਜਾਂਦਾ ਕਿ ਹੱਦ ਹੀ ਮੁਕਾਤੀ ਪੰਜਾਬ ਦੇ ਵਿੱਚ ਇੰਨੇ ਵੱਡੇ ਪੱਧਰ ਤੇ ਕਰਪਸ਼ਨ, ਨਾਲੇ ਵੀ ਚਰਚਾਵਾਂ ਚੱਲ ਰਹੀਆਂ ਕਿ ਸ਼ਾਇਦ ਆਉਣ ਵਾਲੇ ਦਿਨਾਂ ਦੇ ਵਿੱਚ ਕਿਸੇ MLA ਦੇ ਉੱਤੇ ਜਾਂ ਉਹਦੇ ਨਜ਼ਦੀਕੀਆਂ ਦੇ ਉੱਤੇ ਬਹੁਤ ਵੱਡੇ ਪੱਧਰ ਤੇ ਪਰਚੇ ਵੀ ਹੋ ਸਕਦੇ ਨੇ, ਉਹਨੂੰ ਲੈ ਕੇ ਵੀ ਕਾਫੀ ਖਲਾਰਾ ਪਿਆ ਹੋਇਆ। ਇੱਕ ਖਬਰ ਜਿਹੜੀ ਮੈਂ ਤੁਹਾਡੇ ਧਿਆਨ 'ਚ ਲਿਆਉਣਾ ਚਾਹੁੰਦਾ, IP ਸਿੰਘ ਹੋਰਾਂ ਨੇ ਪ੍ਰਕਾਸ਼ਿਤ ਕੀਤੀ ਹੈ, ਉਹਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਕਿ ਪੰਜਾਬ ਹਰਿਆਣਾ ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਸਿੱਧੇ ਤੌਰ ਦੇ ਉੱਤੇ ਜਵਾਬਦੇਹ ਕੀਤਾ ਕਿ ਐਫੀਡੇਵਿਟ ਦਾਖਲ ਕਰੋ ਲਾਰੈਂਸ ਬਿਸ਼ਨੋਈ ਦੇ ਮਾਮਲੇ ਦੇ ਵਿੱਚ, ਜਿਹੜਾ CIA ਇੰਚਾਰਜ ਸੀਗਾ ਉਹਦੀ ਐਕਸਟੈਂਸ਼ਨ ਕਿਉਂ ਵਧਾਈ ਗਈ, ਉਹ
ਇਹਦਾ ਕੀ ਅਸੀਂ ਮਤਲਬ ਸਮਝੀਏ ਕਿ ਆਖਿਰਕਾਰ ਸਰਕਾਰ ਕਿਵੇਂ ਰਨ ਹੋਈ ਕਿ ਉਹਨਾਂ ਮਾਮਲਿਆਂ ਦੇ ਵਿੱਚ ਜਵਾਬਦੇਹੀ ਕਿਉਂ ਨਹੀਂ ਤੈਅ ਹੋ ਰਹੀ ਜਾਂ ਜੇ ਸੁਪਰੀਮ ਹਾਈ ਕੋਰਟ ਨਾ ਪੁੱਛਦੀ ਤਾਂ ਇਹਨਾਂ ਮਾਮਲਿਆਂ ਨੂੰ ਖੁਰਦ ਬੁਰਦ ਕਰ ਦਿੱਤਾ ਜਾਂਦਾ। ਮੁੱਖ ਮੰਤਰੀ ਸਾਹਿਬ ਆਪ ਗ੍ਰਹਿ ਮੰਤਰੀ ਨੇ, ਕਦੋਂ ਜਵਾਬ ਦਿੱਤੇ ਜਾਣਗੇ ਇਹਨਾਂ ਦੇ ਸਪਸ਼ਟ ਤੌਰ ਤੇ ਲੋਕਾਂ ਦੇ ਵਿੱਚ ਆ ਕੇ? ਬਿਲਕੁਲ, ਮੈਨੂੰ ਨਾ ਕੱਲਾ ਲਾਰੈਂਸ ਬਿਸ਼ਨੋਈ ਇੱਕ ਮਾਮਲਾ ਨਹੀਂ ਹੈ। ਜੇ ਤੁਸੀਂ ਅੱਜ ਦੇ ਸੰਦਰਭ ਚ, ਚਲੋ ਲਾਰੈਂਸ ਬਿਸ਼ਨੋਈ ਦੀ ਆਪਾਂ ਪਹਿਲਾਂ ਗੱਲ ਕਰ ਲੈਂਦੇ, ਫਿਰ ਮੈਂ ਤੈਨੂੰ ਥੋੜਾ ਵਿਸਤਾਰ ਵੀ ਦੇਣਾ ਚਾਹੂੰਗਾ ਇਸ ਖਬਰ ਨੂੰ। ਦੇਖੋ, ਅੱਜ ਦੇ ਯੁੱਗ ਦੇ ਵਿੱਚ ਮਤਲਬ ਇੱਕ ਇੰਟਰਵਿਊ ਹੋ ਜਾਣਾ ਤੇ ਫਿਰ ਆਪਾਂ ਇਹ ਕਹਿਣਾ ਕਿ ਇਹ ਪਤਾ ਨਹੀਂ ਲੱਗਿਆ ਜੀ ਕਿੱਥੇ ਹੋਈ ਕਿਵੇਂ ਹੋਈ, ਇਹ ਚੀਜ਼ਾਂ ਮੈਨੂੰ ਲੱਗਦਾ ਕਿ ਸਿਰੇ ਤੋਂ ਖਾਰਜ ਕੀਤੀਆਂ ਜਾਣੀਆਂ ਚਾਹੀਦੀਆਂ ਨੇ। ਕਿਉਂਕਿ ਜਿੱਥੇ ਵੀ ਜਦੋਂ ਅਸੀਂ ਬੈਠੇ ਹਾਂ, ਤੁਸੀਂ ਪਟਿਆਲੇ ਬੈਠੇ ਹੋ ਜਾਂ ਮੈਂ ਚੰਡੀਗੜ੍ਹ ਬੈਠਾ ਤੇ ਅਸੀਂ ਗੱਲ ਕਰ ਰਹੇ ਹਾਂ, ਤੇ ਕੀ ਤੁਹਾਨੂੰ ਲੱਗਦਾ ਵੀ ਇਹ ਗੱਲ ਕੱਲ ਨੂੰ ਕੱਢਣੀ ਕੋਈ ਔਖੀ ਹੈ ਵੀ ਕਿਹੜੇ ਜਿਹੜੇ ਨੰਬਰ ਆਉਂਦੇ ਆ ਇੱਥੋਂ ਪਤਾ ਨਹੀਂ ਚੱਲ ਸਕਦਾ ਵੀ ਕਿੱਥੇ ਕਿਵੇਂ ਇੰਟਰਵਿਊ ਹੋਇਆ ਹੈ? ਤਾਂ ਇਹ ਬੜੀ ਬਚਕਾਨਾ ਜੀ ਸਟੇਟਮੈਂਟ ਸੀ ਜੋ ਮੈਨੂੰ ਲੱਗਦਾ ਸੀ ਕਿ ਬਹੁਤ ਬਚਕਾਨਾ ਹੈ। ਔਰ ਇਹ ਚੰਗੀ ਗੱਲ ਹੋਈ ਹੈ ਕਿ ਹਾਈ ਕੋਰਟ ਨੇ ਇਹਦਾ ਸੰਗਿਆਨ ਲਿੱਤਾ ਤੇ ਉਹਨੂੰ ਲੈ ਕੇ ਜਿਹੜੀ ਇਹ ਆਰਡਰਸ ਵੀ ਦਿੱਤੇ ਨੇ ਜਾਂ ਕਾਰਵਾਈ ਕਰਨ ਦੇ ਉਹ ਵੀ ਦਿੱਤੇ, ਤਾਂ ਬੜਾ ਅੱਛਾ ਹੈ। ਪਰ ਉਹੀ ਸਿਸਟਮ ਦੀ ਗੱਲ ਮੈਂ ਵਾਰ ਵਾਰ ਕਰੀ ਜਾ ਰਿਹਾ ਕਿ ਸੁਖਵਿੰਦਰ ਜੀ, ਸਿਸਟਮ ਤਾਂ ਸਾਡਾ ਫਿਰ ਵੀ ਉਹੀ ਹੈ। ਜਦੋਂ ਇਹ ਜੀ ਜੇਲ੍ਹ ਦੇ ਵਿੱਚ ਇੱਕ ਬੰਦਾ ਦੀ ਇੰਟਰਵਿਊ ਹੋ ਰਹੀ ਹੈ, ਇਹਦਾ ਮਤਲਬ ਹੈ ਕਿ ਕਿੰਨੇ ਵੱਡੇ ਆਫਿਸਰ ਜਿਹੜੇ ਹੈਗੇ ਆ ਇਹਦੇ ਵਿੱਚ ਇਨਵੋਲਵ ਨੇ। ਨਹੀਂ ਤਾਂ ਕੀ ਕਿਸੇ ਦੀ ਇੰਨੀ ਹਿੰਮਤ ਹੋ ਸਕਦੀ ਹੈ, ਕਿਸੇ ਸਿਪਾਹੀ ਦੀ ਜਾਂ ਕਿਸੇ ਇੱਕ ASI ਦੀ ਜਾਂ SI ਦੀ ਇੰਨੀ ਹਿੰਮਤ ਹੋ ਸਕਦੀ ਹੈ ਕਿ ਉਹ ਜੇਲ੍ਹ 'ਚ ਬੈਠੇ ਬੰਦੇ ਦੀ ਇੰਟਰਵਿਊ ਕਰਵਾ ਦੇ? ਮੈਂ ਇਸ ਚੀਜ਼ ਨੂੰ ਮੰਨਦਾ ਹੀ ਨਹੀਂ, ਬਿਲਕੁਲ ਵੀ ਇਹ ਮੰਨਣਯੋਗ ਹੈ ਹੀ ਨਹੀਂ। ਮੈਨੂੰ ਇਹ ਲੱਗਦਾ ਕਿ ਇਹਦੇ ਪਿੱਛੇ ਬਹੁਤ ਵੱਡੇ ਆਫਿਸਰਾਂ ਦਾ। ਹਾਂ, ਹੁਣ ਉਹਨਾਂ ਆਫਿਸਰਸ ਨੂੰ ਬਚਾਉਣ ਦਾ ਯਤਨ ਕੀਤਾ ਜਾ ਰਿਹਾ, ਇਸ ਕਰਕੇ ਜਿਹੜਾ ਤੁਸੀਂ ਉਹ ਕਹਿ ਰਹੇ ਹੋ ਕਿ ਉਹਨਾਂ ਨੂੰ ਦੁਬਾਰਾ ਲਗਾਤਾ ਗਿਆ, ਤਾਂ ਕਈ ਵਾਰ ਬੰਦੇ ਉਹ ਧਮਕੀਆਂ ਵੀ ਦੇ ਦਿੰਦੇ ਨੇ ਜੀ ਫਿਰ ਮੈਂ ਤੁਹਾਡਾ ਵੀ ਨਾਂ ਲਊਂਗਾ, ਕਿਉਂਕਿ ਦੇਖੋ ਉਹ ਕੋਈ ਚੁੱਪ ਥੋੜ੍ਹੀ ਪੱਟੇਗਾ। ਜੇ ਸਾਰੀ ਚੀਜ਼ ਜਦੋਂ ਉਹਦੇ ਉੱਤੇ ਆਏਗੀ ਜਾਂ ਉਹਦੀ ਨੌਕਰੀ ਦੇ ਉੱਤੇ ਆਏਗੀ ਜਾਂ ਉਹਦੇ ਕਰੀਅਰ ਦੇ ਉੱਤੇ ਆ ਜਾਏਗੀ ਗੱਲ, ਤਾਂ ਫਿਰ ਉਹ ਵੀ ਕਹੇਗਾ ਨਾ ਇਹ ਕਿ ਬਈ ਮੈਂ ਕਿਉਂ ਇਕੱਲਾ ਮਰਾਂ, ਤੁਸੀਂ ਸਾਰੇ ਇਨਵੋਲਵ ਹੋ ਤਾਂ ਤੁਹਾਡੇ ਦੇ ਨਾਮ ਮੈਂ ਕਿਉਂ ਨਾ ਲਵਾਂ? ਫਿਰ ਉਹਦੇ ਉੱਤੇ ਫਿਰ ਜਦੋਂ ਇਸ ਕਿਸਮ ਦੀ ਧਮਕੀ ਮਿਲਦੀ ਹੈ, ਇਹ ਮੇਰੀ ਆਪਣੀ ਪਰਸੈਪਸ਼ਨ ਹੈ, ਮਤਲਬ ਮੈਂ ਨਹੀਂ ਕਹਿ ਰਿਹਾ ਕਿ ਇਸੇ ਤਰ੍ਹਾਂ ਹੀ ਹੋਇਆ ਹੋਵੇਗਾ, ਪਰ ਮੇਰੀ ਆਪਣੀ ਪਰਸੈਪਸ਼ਨ ਹੈ ਕਿ ਇਸ ਤਰ੍ਹਾਂ ਦਾ ਹੀ ਹੋਇਆ ਹੋਣਾ ਚਾਹੀਦਾ, ਤਾਂ ਹੀ ਮਤਲਬ ਜੇ ਤੁਸੀਂ ਦੇਖੋ ਇੰਨੇ ਵੱਡੇ ਮਤਲਬ ਜਿਸ 'ਤੇ ਉਂਗਲੀ ਵੀ ਉੱਠ ਗਈ ਹੋਵੇ ਤੇ ਤੁਸੀਂ ਉਹਨੂੰ ਦੁਬਾਰਾ ਰੀਇੰਸਟੇਟ ਕੀਤਾ ਹੋਵੇ, ਇਹ ਇੱਕ ਆਪਣੇ ਆਪ 'ਚ ਵੱਡੇ ਸਵਾਲ ਨੇ। ਅਗਲੀ ਗੱਲ BJP ਦੀ ਕਰਦੇ ਆ ਕਿ ਸ਼ੁੱਕਰਵਾਰ ਸਾਰਾ ਦਿਨ ਅਖਬਾਰਾਂ ਦੇ ਵਿੱਚ ਵੀ ਸੁਰਖੀਆਂ ਬਣੀਆਂ, ਜਾਖੜ ਸਾਹਿਬ ਦੇ ਮਾਮਲੇ ਨੂੰ ਲੈ ਕੇ ਹੈਡਲਾਈਨਸ ਨਿਊਜ਼ ਦੇ ਵਿੱਚ ਚੱਲਦੀਆਂ ਰਹੀਆਂ, BJP ਦੇ ਆਗੂ ਆਪਣੇ ਸਪਸ਼ਟੀਕਰਨ ਦਿੰਦੇ ਰਹੇ, ਇੱਕ ਕਹਿੰਦੇ ਵੱਡੀ ਮੀਟਿੰਗ ਵੀ ਅਗਲੇ ਦਿਨਾਂ ਦੇ ਵਿੱਚ ਸੱਦੀ ਗਈ ਹੈ, ਇਹਦੇ ਬਾਵਜੂਦ ਜਾਖੜ ਸਾਹਿਬ ਚੁੱਪ ਨੇ। ਕੈਪਟਨ ਸਾਹਿਬ ਦੀ ਵੀ ਚਰਚਾ ਚੱਲੀ ਕਿ ਜੀ ਉਹ ਵੀ ਜਿਹੜਾ BJP ਚੋਂ ਬਾਹਰ ਨਿਕਲ ਸਕਦੇ ਨੇ, ਸ਼ਾਇਦ ਨਵਜੋਤ ਸਿੱਧੂ ਦੇ ਜਿਸ ਤਰੀਕੇ ਦੇ ਹਾਲਾਤ ਕਾਂਗਰਸ ਦੇ ਵਿੱਚ ਬਣੇ ਉਹਨੂੰ ਲੈ ਕੇ, ਅਸੀਂ ਕੀ ਸਮਝੀਏ ਕਿ ਜਾਖੜ ਸਾਹਿਬ ਦਾ BJP ਦੇ ਵਿੱਚ ਰਹਿਣਾ ਕੀ ਉਹ ਘੁੱਟਣ ਮਹਿਸੂਸ ਕਰਦੇ ਨੇ ਜਾਂ ਉਹਨਾਂ ਦੇ ਉੱਤੇ ਨਾ ਬੋਲਣਾ, ਅਸਤੀਫਾ ਦਿੱਤਾ ਹੈ ਜਾਂ ਨਹੀਂ ਦਿੱਤਾ, ਬਿਨਾਂ ਕਿਸੇ ਸੋਰਸ ਦੇ ਤਾਂ ਖਬਰਾਂ ਇੱਦਾਂ ਤਾਂ ਫਲੋ ਨਹੀਂ ਨਾ ਹੁੰਦੀਆਂ, ਜੇ ਹੋ ਗਈਆਂ ਤਾਂ ਉਹਨਾਂ ਨੂੰ ਰੋਕਿਆ ਉਸ ਢੰਗ ਦੇ ਨਾਲ ਕਿਉਂ ਨਹੀਂ ਗਿਆ, ਜਾਂ ਜੇ ਜਾਖੜ ਸਾਹਿਬ ਬਿਆਨ ਦੇ ਦਿੰਦੇ ਤਾਂ ਸ਼ਾਇਦ ਰੁਕ ਜਾਂਦਾ? ਕੀ BJP ਦੀ ਪੰਜਾਬ ਲੀਡਰਸ਼ਿਪ ਦੇ ਵਿੱਚ ਚੱਲ ਕੀ ਰਿਹਾ ਜਿਹੜੇ ਕਾਂਗਰਸ ਚੋਂ ਆਏ ਨੇ, ਖਾਸ ਕਰ ਉਹਨਾਂ ਦੇ ਲਈ ਜਿਵੇਂ ਪਿਛਲੇ ਦਿਨੀ ਸੁਰਜੀਤ ਜਿਹੜੇ ਹਰਜੀਤ ਗਰੇਵਾਲ ਨੇ BJP ਦੇ ਉਹ ਨੈਸ਼ਨਲ ਇੱਕ ਚੈਨਲ ਦੇ ਉੱਤੇ ਇਸ ਗੱਲ ਦਾ ਜ਼ਿਕਰ ਕਰ ਰਹੇ ਸੀਗੇ ਕਿ ਸਾਨੂੰ ਤਾਂ ਕੋਈ ਪੁੱਛਦਾ ਹੀ ਨਹੀਂ, ਉਹ ਸ਼ਾਇਦ ਰਵਨੀਤ ਬਿੱਟੂ ਨੂੰ ਲੈ ਕੇ ਵੀ ਕਾਫੀ ਨਾਰਾਜ਼ ਸੀ, ਕੰਗਣਾ ਰਣੌਤ ਦੀ ਤਾਂ ਗੱਲ ਚਲੋ ਵੱਖਰੀ ਹੈ।
ਸੁਖਵਿੰਦਰ ਜੀ ਦੇਖੋ, ਇੱਕ ਗੱਲ ਤਾਂ ਸਾਫ ਹੈ ਕਿ ਬੀਜੇਪੀ ਦੇ ਵਿੱਚ ਜਿਹੜੇ ਬੰਦੇ ਕਾਂਗਰਸ ਚੋਂ ਗਏ ਹੈ, ਚਾਹੇ ਉਹ ਕੈਪਟਨ ਅਮਰਿੰਦਰ ਸਿੰਘ ਹੋਣ, ਸੁਨੀਲ ਜਾਖੜ ਹੋਣ, ਜਾਂ ਹੋਰ ਵੀ ਜਿਹੜੇ ਬੰਦੇ ਗਏ ਆ, ਵੱਡੇ ਵੱਡੇ ਦਿੱਗਜ, ਕਿਸੇ ਟਾਈਮ 6-7 ਚਲੇ ਗਏ ਸੀ, ਬਾਅਦ ਚ ਫਿਰ 2-3 ਤਾਂ ਵਾਪਿਸ ਹੀ ਆ ਗਏ, ਉਸ ਉਹਨਾਂ ਦੇ ਜਾਣ ਤੇ ਜਿਹੜਾ ਉਹਨਾਂ ਦਾ ਪੁਰਾਣਾ ਆਪਣਾ ਕਮਿਟਮੈਂਟ ਵਾਲਾ ਕਾਡਰ ਹੈ, ਉਹਦੇ ਵਿੱਚ ਇੱਕ ਬੜੀ ਰੱਸਾਕਸ਼ੀ ਜੀ ਚੱਲਦੀ ਰਹੀ ਹੈ ਕਿ ਕੌਣ ਪਾਵਰਫੁਲ ਹੋਏ ਪਾਰਟੀ ਦੇ ਵਿੱਚ। ਤਾਂ ਇਹ ਗੱਲ ਦੇ ਵਿੱਚ ਤਾਂ ਮੈਂ ਬਾਤ ਚਾਹੁੰਦਾ, ਲੇਕਿਨ ਉਸ ਤੋਂ ਪਹਿਲਾਂ ਪਹਿਲੀ ਗੱਲ ਤਾਂ ਇਹ ਕਿ ਸੁਨੀਲ ਜਾਖੜ ਹੋਰਾਂ ਨੂੰ ਕਾਂਗਰਸ ਛੱਡ ਕੇ, ਜਿਸ 'ਚ ਮਤਲਬ ਉਹਨਾਂ ਦੇ ਦਸ਼ਕਾਂ ਪੁਰਾਣਾ ਪਰਿਵਾਰ ਜਿਹੜੀ ਪਾਰਟੀ ਨਾਲ ਜੁੜਿਆ ਹੋਇਆ, ਜਿਹੜੀ ਪਾਰਟੀ ਨੇ ਉਹਨਾਂ ਨੂੰ ਬਹੁਤ ਸਨਮਾਨ ਵੀ ਦਿੱਤਾ, ਉਹ ਉਹਨੂੰ ਛੱਡ ਕੇ ਗਏ ਕਿਉਂ? ਇਹ ਇੱਕ ਸੀ ਉਹਦੇ ਵਿੱਚ ਸਭ ਤੋਂ ਵੱਡਾ ਉਹੀ ਸਵਾਲ ਸੀ ਵੀ ਉਹਨਾਂ ਨੇ ਜਦੋਂ ਉਹਨਾਂ ਦੇ ਉੱਤੇ ਇਹ ਬਣ ਗਈ ਸੀ ਕਿ ਉਹ ਚੀਫ ਮਿਨਿਸਟਰ ਬਣ ਸਕਦੇ ਆ, ਪਰ ਨਾਲ ਹੀ ਇਹ ਆ ਗਿਆ ਕਿ ਨਹੀਂ, ਹਿੰਦੂ ਹੋਣ ਕਰਕੇ ਉਹ ਨਹੀਂ ਬਣਨਗੇ, ਸਿੱਖ ਚਿਹਰਾ ਜ਼ਰੂਰੀ ਹੈ। ਤਾਂ ਸੇਮ ਹੀ ਤੁਸੀਂ ਦੇਖੋ ਉਹ ਚੀਜ਼ ਹੁਣ ਬੀਜੇਪੀ 'ਚ ਵੀ ਹੋਈ ਹੈ, ਬੀਜੇਪੀ ਵੀ ਉਸੇ ਲਾਈਨ ਤੇ ਹੀ ਸੋਚੀ ਜਾ ਰਹੀ। ਤੁਸੀਂ ਦੇਖੋ ਰਵਨੀਤ ਬਿੱਟੂ ਦੀ ਅਗਰ ਜਿਹੜੀ ਗੱਲ ਕਰੇ, ਤੁਸੀਂ ਉਹਦੀ ਗੱਲ ਕੀਤੀ, ਪਾਰਟੀ ਦੇ ਵਿੱਚ ਰਵਨੀਤ ਬਿੱਟੂ ਨੂੰ ਜਿਹੜਾ ਰਾਜ ਸਭਾ ਦੇ ਵਿੱਚ ਚੋਂ ਲਿਜਾ ਕੇ ਸੈਂਟਰ ਦੇ ਵਿੱਚ ਸਟੇਟ ਮਿਨਿਸਟਰ ਬਣਾਉਣਾ, ਇਹ ਪਾਰਟੀ ਦੇ ਬਹੁਤੇ ਬੰਦਿਆਂ ਨੂੰ ਪਚ ਨਹੀਂ ਰਿਹਾ, ਖਾਸ ਤੌਰ ਤੇ ਜਿਹੜੇ ਬਹੁਤ ਸੀਨੀਅਰ ਲੀਡਰਸ ਨੇ ਉਹਨਾਂ। ਤੁਸੀਂ ਹਰਜੀਤ ਗੋੜੇਵਾਲ ਵੱਲੋਂ ਦੀ ਗੱਲ ਕੀਤੀ, ਕੋਈ ਬੇਸ਼ੱਕ ਸਪਸ਼ਟ ਤੌਰ ਤੇ ਨਾ ਵੀ ਕਹੇ, ਪਰ ਉਹਨਾਂ ਦੇ ਮਨੋਭਾਵ ਤੋਂ ਤੁਸੀਂ ਇਹ ਸਮਝ ਸਕਦੇ ਹੋ, ਜਾਂ ਜੇ ਉਹਨਾਂ ਦੇ ਬਿਆਨਾਂ ਤੋਂ ਇਹ ਅੰਦਾਜ਼ੇ ਤਾਂ ਲਗਾਈ ਜਾ ਸਕਦੇ ਨੇ ਵੀ ਸਾਰੇ ਬੰਦੇ ਇਹ ਦੁਖੀ ਤਾਂ ਹੈਗੇ ਹੀ। ਉਹਦਾ ਕਾਰਨ ਵੀ ਹੈ, ਇੱਕ ਵੱਡਾ ਕਾਰਨ ਵੀ ਹੈ, ਉਹ ਇਹ ਕਿ ਜਦੋਂ ਤੁਸੀਂ ਦੇਖੋ 3 ਖੇਤੀ ਕਾਨੂੰਨਾਂ ਨੂੰ ਲੈ ਕੇ ਇੱਕ ਲੰਬਾ ਅੰਦੋਲਨ ਚੱਲਿਆ, ਤੁਸੀਂ ਲਾਓ 1 ਸਾਲ ਤੋਂ ਉੱਪਰ ਲਗਭਗ ਚੱਲਿਆ ਸੀਗਾ, ਉਦੋਂ ਸਭ ਤੋਂ ਜ਼ਿਆਦਾ ਜੇ ਕਿਸੇ ਨੇ ਦਿੱਕਤ ਫੇਸ ਕੀਤੀ ਹੈ, ਜਾਂ ਮੈਂ ਕਹੂੰਗਾ ਕਿ ਬਹੁਤ ਦਿੱਕਤਾਂ ਜਿਹਨਾਂ ਨੂੰ ਆਈਆਂ ਨੇ, ਉਹ ਆਈਆਂ ਨੇ ਬੀਜੇਪੀ ਵਾਲਿਆਂ ਨੂੰ, ਖਾਸ ਤੌਰ ਤੇ ਮਨੋਰੰਜਨ ਕਾਲੀਆ ਹੋਣ, ਚਾਹੇ ਤੀਕਸ਼ਣ ਸੂਦ ਹੋਣ, ਜਾਂ ਹਰਜੀਤ ਗਰੇਵਾਲ ਹੋਣ, ਜਾਂ ਇਸ ਤਰ੍ਹਾਂ ਦੇ। ਤੁਸੀਂ ਇਹ ਫਹਿਰਿਸਤ ਬਹੁਤ ਲੰਬੀ ਹੈ, ਤੁਸੀਂ ਜਿੰਨੇ ਮਰਜ਼ੀ ਨਾ ਲਓ, ਅਰੁਣ ਨਾਰੰਗ ਨਾਲ ਤੁਸੀਂ ਦੇਖਿਆ ਹੀ ਹੈ ਕੀ ਹਾਲ ਹੋਇਆ ਉੱਥੇ, ਨਾ ਅਸ਼ਵਨੀ ਸ਼ਰਮਾ ਜਿਹੜੇ ਉਹਨਾਂ ਦੇ ਪ੍ਰਧਾਨ ਸੀਗੇ, ਉਹਨਾਂ ਨਾਲ ਤੁਸੀਂ ਦੇਖੋ ਕਿਸ ਤਰ੍ਹਾਂ ਦਾ ਬਿਹੇਵ ਹੋਇਆ। ਇਹ ਸਾਰੇ ਉਹ ਨੇ ਜਿਨ੍ਹਾਂ ਨੇ ਉਹ ਪੀਰੀਅਡ ਹੰਡਾਇਆ, ਪਰ ਫਿਰ ਵੀ ਉਹ ਪਾਰਟੀ ਨੂੰ ਛੱਡ ਕੇ ਨਹੀਂ ਗਏ, ਪਾਰਟੀ ਨਾਲ ਤਾਂ ਖੜੇ ਹੀ ਰਹਿੰਦੇ। ਮੈਂ ਬੀਜੇਪੀ ਦੇ ਪੁਆਇੰਟ ਆਫ ਵਿਊ ਨਾਲ ਗੱਲ ਕਰ, ਪਾਰਟੀ ਦੇ ਵਿੱਚ ਤਾਂ ਉਹ ਰਹੇ ਹੀ, ਠੀਕ ਹੈ। ਦੂਜੇ ਪਾਸੇ ਹੁਣ ਜਦੋਂ ਪਾਰਟੀ ਵੱਲੋਂ ਕੁਛ ਦੇਣ ਦੀ ਵਾਰੀ ਆਈ ਹੈ ਕਿਸੇ ਨੂੰ, ਹਨਾ ਕਿਸੇ ਨੂੰ, ਤਾਂ ਤੁਸੀਂ ਦੇਖੋ ਕਿਸੇ ਵੀ ਬੀਜੇਪੀ ਦੇ ਉਸ ਕਾਡਰ ਚੋਂ ਕਿਸੇ ਨੂੰ ਕੁਛ ਨਹੀਂ ਮਿਲਿਆ। ਜੇ ਤੁਸੀਂ ਬਾਹਰੋਂ ਬੰਦਾ ਲੈ ਕੇ ਹੀ ਆਉਣਾ ਸੀਗਾ, ਤਾਂ ਬੀਜੇਪੀ ਦਾ ਵੀ ਆਪਣਾ ਬੰਦਾ ਲੈ ਕੇ ਆ ਸਕਦਾ ਸੀ। ਇੱਕ ਪਾਸੇ ਤਾਂ ਬੀਜੇਪੀ ਮਤਲਬ ਇਹ ਟਰਾਈ ਕਰ ਰਹੀ ਹੈ ਕਿ ਉਹ ਇੱਥੇ ਪੰਜਾਬ ਦੇ ਵਿੱਚ ਆਪਣੇ ਪੈਰ ਪਸਾਰੇ, ਤੇ 27 ਦੇ ਵਿੱਚ ਜਿਹੜਾ ਹੈਗਾ ਆਪਣੇ ਤੌਰ ਤੇ ਮਤਲਬ ਸਰਕਾਰ ਬਣਾਈ, ਪਰ ਦੂਜੇ ਪਾਸੇ ਜਿਹੜੀ ਉਹਦੀ ਆਪਣਾ ਵੋਟ ਬੈਂਕ ਹੈ, ਕਮਿਟਡ ਵੋਟ ਬੈਂਕ ਹੈ, ਜਿਹੜਾ ਜਿਹੜਾ ਮੈਂ ਤੁਹਾਨੂੰ ਦੱਸਿਆ ਕਿ ਇੰਨੀ ਮੁਸੀਬਤਾਂ ਦੇ ਬਾਵਜੂਦ ਹਿੱਲਿਆ ਨਹੀਂ, ਇੱਕ ਵੀ ਬੰਦਾ ਉਹਨਾਂ ਦਾ ਪਾਰਟੀ ਛੱਡ ਕੇ ਨਹੀਂ ਗਿਆ। ਉਸ ਪਾਰਟੀ ਨੂੰ, ਉਸ ਬੰਦਿਆਂ ਨੂੰ ਤਾਂ ਕਿਸੇ ਕੁਛ ਵੀ ਨਹੀਂ ਦਿੱਤਾ ਗਿਆ, ਪਰ ਬਾਹਰੋਂ ਇੱਕ ਬੰਦਾ ਜਿਹੜਾ ਜਿਹੜੇ ਕਾਂਗਰਸ ਦੇ ਇੰਨੀ ਕਮਿਟਮੈਂਟ ਵਾਲੀਆਂ ਫੈਮਲੀਆਂ ਚੋਂ ਸੀਗੇ, ਉਹ ਬੰਦੇ ਆਏ ਔਰ ਆ ਕੇ ਚਾਹੇ ਤਾਂ ਉਹ ਪ੍ਰਧਾਨਗੀ ਪਦ ਹੈ ਉਹ ਜਾਖੜ ਸਾਹਿਬ ਨੂੰ ਮਿਲਿਆ ਹੀ ਹੈ। ਫਿਰ ਇਹਦੀ ਗੱਲ ਰਵਨੀਤ ਬਿੱਟੂ ਦੀ ਕਰ ਲਓ, ਉਹਨਾਂ ਨੂੰ ਰਾਜਸਥਾਨ ਤੋਂ ਤੁਸੀਂ ਰਾਜ ਸਭਾ ਦੇ ਵਿੱਚ ਲਿਜਾ ਕੇ ਇੱਕ ਸੈਂਟਰ ਦੇ ਵਿੱਚ ਮਿਨਿਸਟਰ ਬਣਾਤਾ, 2 ਵੱਡੀਆਂ ਵਜ਼ੀਰੀਆਂ ਵੀ ਦੇਤੀਆਂ। ਸੋ ਇਹ ਚੀਜ਼ਾਂ
ਬੰਦੇ ਨੂੰ ਅਲੱਗ ਉਹ 'ਚ ਲੈ ਕੇ ਆਉਂਦੀਆਂ ਨੇ ਦਿੱਕਤ 'ਚ ਕਿ ਯਾਰ ਫਿਰ ਅਸੀਂ ਕੀ ਵਿਗਾੜਿਆ, ਮਤਲਬ ਅਸੀਂ ਕੀ ਤੁਸੀਂ ਗੱਲ ਕਰੋਗੇ ਇਹਨਾਂ ਦੇ ਬੰਦੇ ਨਾਲ ਤਾਂ ਕਹਿਣਗੇ ਜ਼ਰੂਰ ਇਹ ਕਿ ਤਾਂ ਜੀ ਅਸੀਂ ਤਾਂ ਨੀਂਹ ਦੇ ਪੱਥਰ ਹਾਂ ਤੇ ਜਿਹੜੇ ਦਿਖਦੇ ਨਹੀਂ ਪਰ ਬਿਲਡਿੰਗ ਉਹ ਸਾਡੇ ਤੇ ਹੀ ਖੜੀ ਹੁੰਦੀ ਹੈ। ਪਰ ਅਸਲ ਦੇ ਵਿੱਚ ਨੀਂਹ ਦੇ ਪੱਥਰ ਵੀ ਕਦੇ ਕਦੇ ਤਾਂ ਉਹਦੇ ਤੇ ਆ ਹੀ ਜਾਂਦੇ ਆ ਵੀ ਯਾਰ ਐਡੀ ਵੱਡੀ ਬਿਲਡਿੰਗ ਨੂੰ ਤਾਂ ਅਸੀਂ ਸਾਂਭੀ ਬੈਠੇ ਹਾਂ ਪਰ ਸਾਨੂੰ ਤਾਂ ਕੋਈ ਪੁੱਛਦਾ ਨਹੀਂ, ਅਸੀਂ ਕਿਤੇ ਵੀ ਅਸੀਂ ਦਰਿਆ ਚਾੜਨ ਜੋਗੇ ਹੀ ਰਹਿ ਗਏ ਹੁਣ, ਹੈ ਨਾ। ਤੇ ਬੀਜੇਪੀ ਦੇ ਜਿਹੜੇ ਆਪਣੀ ਪੋਜੀਸ਼ਨ ਹੈ ਉਹ ਇਸੇ ਤਰ੍ਹਾਂ ਦੀ ਹੋ ਚੁੱਕੀ ਹੈ। ਹੁਣ ਜਾਖੜ ਸਾਹਿਬ ਦੀ ਗੱਲ ਕਰਦੇ ਹਾਂ, ਸੇਮ ਹੀ ਜਿਹੜਾ ਐਪੀਸੋਡ ਉਹਨਾਂ ਨਾਲ ਕਾਂਗਰਸ 'ਚ ਹੋਇਆ ਉਹੀ ਮੈਨੂੰ ਲੱਗਦਾ ਇੱਥੇ ਹੋਇਆ। ਜੇ ਪਾਰਟੀ ਨੇ ਉਹਨਾਂ ਤੇ ਭਰੋਸਾ ਕੀਤਾ ਸੀ ਤਾਂ ਮੈਨੂੰ ਲੱਗਦਾ ਕਿ ਉੱਥੇ ਇਹਨਾਂ ਨੂੰ ਲੈ ਕੇ ਜਾਣਾ ਚਾਹੀਦਾ ਸੀ, ਰਾਜ ਸਭਾ ਸੁਨੀਲ ਜਾਖੜ ਉਹਨਾਂ ਨੂੰ ਦੇ ਕੇ ਉੱਥੇ ਸੈਂਟਰ 'ਚ ਮਿਨਿਸਟਰ ਬਣਾਉਣਾ ਚਾਹੀਦਾ ਸੀ। ਤਾਂ ਉਹਦੇ ਨਾਲ ਇੱਕ ਤਾਂ ਘੱਟੋ ਘੱਟ ਇਹ ਹੋ ਜਾਂਦਾ ਕਿ ਫਿਰ ਜਿਹੜਾ ਪ੍ਰਧਾਨ ਹੈ ਉਹ ਫਿਰ ਇਹ ਕਾਡਰ 'ਚੋਂ ਲੈ ਕੇ ਆ ਸਕਦੇ ਸੀ, ਆਪਣਾ ਉਹ ਕਾਡਰ ਜਿਹੜਾ ਕਿ ਕਮਿਟਮੈਂਟ ਵਾਲਾ ਹੈ ਔਰ ਪਾਰਟੀ ਨਾਲ ਖੜਿਆ ਰਹਿੰਦਾ। ਤਾਂ ਉਸ ਕਾਡਰ 'ਚੋਂ ਤੁਸੀਂ ਪ੍ਰਧਾਨ ਲਿਆਉਂਦੇ ਤਾਂ ਦੋਨੋਂ ਰਾਜ਼ੀ ਹੋ ਜਾਣੇ ਸੀ, ਮਤਲਬ ਨਵੇਂ ਵਾਲਿਆਂ ਨੂੰ ਵੀ ਚਲੋ ਪਾਰਟੀ ਨੇ ਐਡਜਸਟ ਕਰਤਾ ਔਰ ਜਿਹੜੇ ਪੁਰਾਣੇ ਨੇ ਉਹਨਾਂ ਨੂੰ ਉਹਨਾਂ 'ਚੋਂ ਵੀ ਇੱਕ ਬੰਦੇ ਨੂੰ ਐਡਜਸਟ ਕਰਤਾ। ਸੋ ਇਸ ਤਰ੍ਹਾਂ ਦੀ ਅਗਰ ਇੱਕ ਬੈਲੈਂਸ 'ਚ ਬਣਾਉਂਦੇ ਤਾਂ ਮੈਨੂੰ ਲੱਗਦਾ ਜ਼ਿਆਦਾ ਅੱਛਾ ਰਹਿੰਦਾ, ਪਰ ਉਹ ਹੋਇਆ ਨਹੀਂ। ਇਸ ਕਰਕੇ ਹੁਣ ਸੁਨੀਲ ਜਾਖੜ ਉਹਨਾਂ ਨੇ ਵੀ ਜਿਹੜਾ ਅਸਤੀਫੇ ਦੀ ਗੱਲ ਕੀਤੀ ਹੈ ਉਹਨਾਂ ਨੇ ਪ੍ਰਾਈਮ ਮਿਨਿਸਟਰ ਨਾਲ ਵੀ ਗੱਲ ਕੀਤੀ ਹੈ ਔਰ ਉਹਨਾਂ ਨੇ ਅਸਤੀਫਾ ਕੋਈ ਅੱਜ ਜਾਂ ਕੱਲ੍ਹ 'ਚ ਨਹੀਂ ਆਪਣਾ ਦਿੱਤਾ, ਉਹਨਾਂ ਨੂੰ ਕਾਫੀ ਦਿਨ ਹੋ ਗਏ ਹੈ ਜਿਹੜਾ ਉਹਨਾਂ ਨੇ ਪੇਸ਼ਕਸ਼ ਕੀਤੀ ਹੈ ਕਿ ਉਹਨਾਂ ਨੂੰ ਇਸ ਤੋਂ ਮੁਕਤ ਕਰਤਾ ਜਾਏ ਪ੍ਰਧਾਨ ਦੇ ਪਦ ਤੋਂ, ਤੇ ਉਹਨਾਂ ਨੇ ਪੇਸ਼ਕਸ਼ ਕੀਤੀ ਹੈ। ਹੁਣ ਉਹ ਪੇਸ਼ਕਸ਼ ਜੇ ਅਸਤੀਫਾ ਦੇਣਾ ਹੁੰਦਾ ਫਿਰ ਤਾਂ ਮੈਨੂੰ ਲੱਗਦਾ ਕਿ ਉਹ ਉਹਨਾਂ ਨੂੰ ਪਾਰਟੀ ਪ੍ਰਧਾਨ ਜਿਹੜੇ ਜੇਪੀ ਨੱਡਾ ਨੇ ਉਹਨਾਂ ਨੂੰ ਦੇਣਾ ਚਾਹੀਦਾ ਸੀ, ਪਰ ਪੇਸ਼ਕਸ਼ ਉਹਨਾਂ ਨੇ ਅਮਿਤ ਸ਼ਾਹ ਹੋਣਾ ਨੂੰ ਕੀਤੀ ਹੈ। ਤੇ ਜਿਹੜਾ ਤੁਸੀਂ ਗੱਲ ਕਰ ਰਹੇ ਹੋ ਕਿ ਉਹ ਚੁੱਪ ਨੇ, ਚੁੱਪੀ ਦਾ ਕਾਰਨ ਇਹ ਹੈ ਕਿ ਉਹਨਾਂ ਨੇ ਦੇ ਤਾਂ ਦਿੱਤੀ ਹੈ ਪਰ ਇਹ ਇੱਕ ਚੁੱਪੀ ਦਾ ਕਾਰਨ ਹੋ ਸਕਦਾ ਕਿ ਦਬਾਓ ਉਹਨਾਂ ਤੇ ਹੋਵੇ ਕਿ ਇੱਕ ਪਾਸੇ ਪਾਰਟੀ ਪੰਚਾਇਤ ਇਲੈਕਸ਼ਨਾਂ ਦੇ ਵਿੱਚ ਜਾ ਰਹੀ ਹੈ ਪੰਜਾਬ ਦੇ ਵਿੱਚ, ਨਾਲ ਦੀ ਨਾਲ ਹੀ ਹੁਣ ਕੁਛ ਸਮੇਂ ਬਾਅਦ ਹੀ ਲੋਕਲ ਬਾਡੀ ਇਲੈਕਸ਼ਨ ਨੇ ਜਿਹੜੇ ਸ਼ਹਿਰ ਦੇ ਨੇ ਜਿੱਥੇ ਪਾਰਟੀ ਦਾ ਇੱਕ ਵੱਡਾ ਮਤਲਬ ਤਬਕਾ ਹੈਗਾ ਜਿਹੜਾ ਵੋਟ ਬੈਂਕ ਹੈਗਾ, ਪਾਰਟੀ ਉਹਨੂੰ ਨਿਰਾਸ਼ਾ ਦੇ ਵਿੱਚ ਨਹੀਂ ਲਿਜਾ ਸਕਦੀ। ਇਸ ਕਰਕੇ ਤੇ ਨਾਲ ਦੀ ਨਾਲ ਬਿਲਕੁਲ ਜਿਹੜਾ ਗੁਆਂਢੀ ਸਟੇਟ ਹੈ ਸਾਡੀ ਉੱਥੇ ਇਲੈਕਸ਼ਨ ਵੀ ਹੋ ਰਿਹਾ। ਸੋ ਤੁਸੀਂ ਦੋਨੋਂ ਚੀਜ਼ਾਂ ਨੂੰ ਜੋੜ ਕੇ ਦੇਖੋ ਕਿ ਇਸ ਟਾਈਮ ਕੀ ਪਾਰਟੀ ਇਸ ਗੱਲ ਦੇ ਉੱਤੇ ਜਾ ਸਕਦੀ ਹੈ ਵੀ ਉਹਦਾ ਪ੍ਰਧਾਨ ਜਿਹੜਾ ਹੈ ਉਹ ਅਸਤੀਫਾ ਦੇ ਕੇ ਚਲਾ ਜਾਏ। ਸੋ ਮੈਨੂੰ ਲੱਗਦਾ ਕਿ ਉਹਨਾਂ ਨੂੰ ਉਹੀ ਰੋਕਣ ਦੀ ਕੋਸ਼ਿਸ਼ ਹੈ। ਇਸ ਕਰਕੇ ਉਹ ਤੁਸੀਂ ਦੇਖੋ ਕਿਸੇ ਦਾ ਫੋਨ ਨਹੀਂ ਚੁੱਕ ਰਹੇ, ਕਿਸੇ ਨਾਲ ਕੋਈ ਗੱਲ ਨਹੀਂ ਕਰ ਰਹੇ, ਇਹਦੇ ਪਿੱਛੇ ਇਹ ਮੈਨੂੰ ਕਾਰਨ ਲੱਗ ਰਿਹਾ। ਜਿੱਥੋਂ ਤੱਕ ਸਵਾਲ ਕੈਪਟਨ ਅਮਰਿੰਦਰ ਸਿੰਘ ਦਾ, ਕੈਪਟਨ ਸਾਹਿਬ ਵਾਲਾ ਦੇਖੋ, ਕੈਪਟਨ ਸਾਹਿਬ ਦੇ ਉੱਤੇ ਵੀ ਇਹੀ ਸੀਗਾ ਕਿ ਇੱਕ ਬੰਦਾ ਤੁਸੀਂ ਦੇਖੋ ਚੀਫ ਮਿਨਿਸਟਰ ਦਾ ਚੀਫ ਮਿਨਿਸਟਰ ਰਿਹਾ ਹੋਣਾ, ਵੱਡੀ ਤੋਪ ਤੁਸੀਂ ਕਿਹਾ ਸੀ ਉਦੋਂ ਵੀ ਅਸੀਂ ਮਤਲਬ ਸਿੱਟ ਲਈ ਆ ਉਹਨਾਂ ਦੀ, ਏਦਾਂ ਦਾ ਬਿਆਨ ਆਏ ਸੀ ਭਾਜਪਾ ਵੱਲੋਂ। ਪਰ ਜੇ ਤੁਸੀਂ ਮਤਲਬ ਦੇਖੋ, ਮਤਲਬ ਉਹਨਾਂ ਨੂੰ ਕਿਤੇ ਕੋਈ ਗਵਰਨਰ ਤੱਕ ਨਹੀਂ ਲਗਾਇਆ ਗਿਆ, ਉਹਦੀ ਵੀ ਬਹੁਤ ਚਰਚਾ ਸੀਗੀ ਕਿ ਉਹਨਾਂ ਨੂੰ ਐਡਜਸਟ ਕੀਤਾ ਜਾਏਗਾ, ਕਿਤੇ ਗਵਰਨਰ ਲਗਾਇਆ ਜਾਏਗਾ ਜਾਂ ਕਿਤੇ ਕੁਛ ਮਤਲਬ, ਪਰ ਉਹ ਹੋਇਆ ਨਹੀਂ। ਸੋ ਮੈਨੂੰ ਲੱਗਾ ਕਿ ਔਰ ਜਦੋਂ ਜਿਹੜੀਆਂ ਚੀਜ਼ਾਂ ਹੋ ਵੀ ਰਹੀਆਂ ਨੇ, ਮੰਨ ਲਓ ਚਾਹੇ ਰਵਨੀਤ ਬਿੱਟੂ ਦੇ ਦੀ ਨੂੰ ਮੰਤਰੀ ਬਣਾਉਣ ਦਾ ਗੱਲ ਹੋਵੇ ਜਾਂ ਕੋਈ ਹੋਰ ਕਿਸੇ ਨੂੰ ਐਡਜਸਟ ਕਰਨ ਦਾ ਗੱਲ, ਤਾਂ ਉਸ 'ਚ ਵੀ ਮੈਨੂੰ ਲੱਗਾ ਕੈਪਟਨ ਸਾਹਿਬ ਨੂੰ ਸ਼ਾਇਦ ਜ਼ਿਆਦਾ ਕੌਨਫੀਡੈਂਸ 'ਚ ਨਹੀਂ ਲਿਆ ਜਾ ਰਿਹਾ, ਜਿਸ ਕਰਕੇ ਉਹ ਨਿਰਾਸ਼ ਤਾਂ ਹੈਗੇ ਹੀ। ਸੋ ਉਸ ਔਰ ਹੁਣ ਇੱਕ ਉਹਨਾਂ ਦੀ ਏਜ ਵੀ ਹੋ ਗਈ ਹੈ, ਮੈਨੂੰ ਲੱਗਾ ਕਿ ਐਕਟਿਵ ਪੋਲੀਟਿਕਸ 'ਚ ਤਾਂ ਹੁਣ ਉਹ ਕੰਮ ਵੀ ਨਹੀਂ ਕਰ ਪਾਉਣਗੇ। ਤਾਂ ਇਹ ਵੀ ਕਈ ਵਾਰ ਕਾਰਨ ਹੁੰਦਾ ਕਿ ਬੰਦਾ ਨਿਰਾਸ਼ ਹੋ ਕੇ ਫਿਰ ਘਰ ਬੈਠ ਜਾਂਦਾ, ਉਸ ਤੋਂ ਬਾਅਦ ਕੋਈ ਕੰਮ ਹੁੰਦਾ ਹੀ ਨਹੀਂ।
ਬਿਲਕੁਲ, ਵੈਸੇ ਇਹ ਵੀ ਚਰਚਾਵਾਂ ਚੱਲਦੀਆਂ ਰਹਿੰਦੀਆਂ ਨੇ ਕਿ ਜੇ ਹੁਣ ਨਵਜੋਤ ਸਿੱਧੂ ਪਾਸੇ ਨੇ ਤਾਂ ਕੀ ਕਾਂਗਰਸ ਦੇ ਵਿੱਚ ਇਹ ਪਰਿਵਾਰ ਕੈਪਟਨ ਸਾਹਿਬ ਦਾ ਵਾਪਸੀ ਕਰ ਸਕਦਾ ਹੈ, ਪਰ ਉਹ ਹੌਲੀ ਹੌਲੀ ਨਿਤਰ ਕੇ ਸਾਹਮਣੇ ਆਉਂਦਾ ਹੁੰਦਾ ਕਿ ਆਖਿਰਕਾਰ ਪਰਦੇ ਪਿੱਛੇ ਕੀ ਚੱਲ ਰਿਹਾ, ਜਾਂ ਕਾਂਗਰਸ ਕਿਵੇਂ ਆਪਣੀ ਹਰਿਆਣਾ ਜਾਂ ਅੱਗੇ ਜੋ ਵੀ ਇਲੈਕਸ਼ਨਸ ਆਉਣਗੀਆਂ ਉਹਨਾਂ ਨੂੰ ਲੈ ਕੇ ਕੀ ਸੋਚ ਸਮਝ ਰੱਖਦੀ ਹੈ, ਉਸਦੇ ਮੁਤਾਬਕ ਕੀ ਫੈਸਲੇ ਲੈਂਦੀ ਹੈ। ਹਾਲ ਦੀ ਘੜੀ ਕੈਪਟਨ ਸਾਹਿਬ ਵੱਲੋਂ ਵੀ ਇਹਦੇ ਬਾਰੇ ਕੋਈ ਵੀ ਜਵਾਬ ਇਹੋ ਜਿਹਾ ਸਾਹਮਣੇ ਨਹੀਂ ਆਇਆ। ਤੁਸੀਂ ਪੰਚਾਇਤੀ ਚੋਣਾਂ ਦਾ ਜ਼ਿਕਰ ਕਰ ਰਹੇ ਸੀ, ਬੇਹੱਦ ਅਹਿਮ ਹੈ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਤੇ ਉੱਧਰ ਹਰਿਆਣੇ ਦੀਆਂ ਇਲੈਕਸ਼ਨਸ, ਸਾਰੀਆਂ ਪਾਰਟੀਆਂ ਨੇ ਜ਼ੋਰ ਲਾਇਆ, ਪਰ ਪੰਜਾਬ ਨੂੰ ਲੈ ਕੇ ਚਰਚਾ ਇਸ ਕਰਕੇ ਆ ਕਿ ਇਸ ਵਾਰੀ ਰਾਖਵਾਂਕਰਨ ਜਿਹੜਾ ਪੰਚਾਇਤਾਂ ਦੇ ਵਿੱਚ ਹੈ, ਜਿੱਥੇ ਕਹਿੰਦੇ 70% ਮਤਲਬ ਕਿ ਹੋਰ ਭਾਈਚਾਰਾ ਜਾਂ ਜਨਰਲ ਭਾਈਚਾਰਾ ਜਿੱਥੇ ਦਲਿਤ ਵੀ ਕੋਈ ਨਹੀਂ, ਉੱਥੇ ਵੀ ਕਹਿੰਦੇ ਜਿਹੜਾ ਰਾਖਵਾਂਕਰਨ ਵੰਡ ਦਿੱਤਾ ਗਿਆ ਜਾਂ ਇਹਨਾਂ ਦੇ ਆਮ ਆਦਮੀ ਪਾਰਟੀ ਨੇ ਉਹ ਜੀ ਸੈਟਿੰਗ ਕੀਤੀ, ਇਹਨਾਂ ਦੋਸ਼ਾਂ ਦੀ ਕਿੰਨੀ ਕੁ ਸੱਚਾਈ ਸਮਝੀ ਇਸ, ਕਿਉਂਕਿ ਲਗਾਤਾਰ ਸਵਾਲ ਇਹਨਾਂ ਤੇ ਉੱਠ ਰਹੇ ਨੇ ਕਿ ਇਹ ਤਾਂ ਪਾਰਦਰਸ਼ਤਾ ਦੀ ਗੱਲ ਕਰਦੇ ਸੀ, ਕਹਿੰਦੇ ਸੀ ਕਿ ਬਿਨਾਂ ਚੋਣ ਨਿਸ਼ਾਨ ਦੇ, ਹਾਲਾਂਕਿ ਪਹਿਲਾਂ ਵੀ ਹੁੰਦੀਆਂ ਰਹੀਆਂ, ਬੈਲਟ ਤੇ ਇਲੈਕਸ਼ਨ ਵੀ ਹੋ ਰਹੀਆਂ ਨੇ, ਪਰ ਫਿਰ ਪਾਰਦਰਸ਼ਤਾ ਕਿੱਥੇ ਆਈ, ਸਰਬਸੰਮਤੀ ਫਿਰ ਇੱਥੇ ਕਿੱਥੇ ਆਈ ਜਦੋਂ ਤੁਸੀਂ ਲੋਕਾਂ ਤੇ ਥੋਪ ਰਹੇ ਹੋ ਫੈਸਲੇ। ਸੁਖਵਿੰਦਰ ਜੀ ਦੇਖੋ, ਇਹ ਕੋਈ ਨਵੀਂ ਚੀਜ਼ ਨਹੀਂ ਹੈਗੀ। ਜਦੋਂ ਵੀ ਇਲੈਕਸ਼ਨ ਹੁੰਦੀਆਂ ਨੇ, ਮੈਂ ਤੁਹਾਨੂੰ ਦੱਸਿਆ ਕਿ ਸਾਨੂੰ 6ਵੀਂ 7ਵੀਂ ਇਲੈਕਸ਼ਨ ਹੋਣੀ ਪੰਚਾਇਤਾਂ ਦੀ ਜਿਹੜੀ ਅਸੀਂ ਕਵਰ ਕਰ ਰਹੇ ਹਾਂ, ਹਰ ਵਾਰੀ ਆਰਕਸ਼ਣ ਨੂੰ ਲੈ ਕੇ ਇਸ ਤਰ੍ਹਾਂ ਦੀਆਂ ਦਿੱਕਤਾਂ ਆਉਂਦੀਆਂ ਹੀ ਨੇ, ਕਿਉਂਕਿ ਦੇਖੋ ਜਿਹੜੇ ਦੇਖੋ ਰੋਟੇਸ਼ਨ ਅੱਗੇ ਸੀਗਾ ਕਿ ਬਈ ਜੇ ਟੋਟਲ ਮਤਲਬ ਡਿਸਟ੍ਰਿਕਟ ਹੈ ਉਹਦੀ ਪਾਪੂਲੇਸ਼ਨ ਦੇਖ ਲਓ, ਉਹਦੇ ਅਨੁਸਾਰ ਉਹਨੇ ਫਿਰ ਪਿੰਡਾਂ ਨੂੰ ਤੁਸੀਂ ਜਿੱਥੇ ਜਿੱਥੇ ਉਹਨਾਂ ਦੀ ਜ਼ਿਆਦਾ ਮਤਲਬ ਪਾਪੂਲੇਸ਼ਨ ਹੈਗੀ ਹੈ ਉਹਨਾਂ ਪਿੰਡਾਂ ਨੂੰ ਤੁਸੀਂ ਰਿਜ਼ਰਵ ਕਰ ਲਓ ਤੇ ਰੋਟੇਸ਼ਨ ਵਾਈਜ਼ ਅਗਲੀ ਵਾਰ ਤੁਸੀਂ ਚੇਂਜ ਕਰ ਲਓ, ਇਸ ਤਰ੍ਹਾਂ ਦਾ ਚੱਲਦਾ ਰਹਿੰਦਾ ਸੀਗਾ। ਤੇ ਜਦੋਂ ਵੀ ਤੁਸੀਂ ਇਸ ਤਰ੍ਹਾਂ ਦੀ ਚੀਜ਼ ਹਟਾਉਂਦੇ ਹੋ, ਮੰਨ ਲਓ ਜਿੱਥੇ ਇੱਕ ਜਨਰਲ ਬੰਦਾ ਲੰਬੇ ਸਮੇਂ ਤੋਂ ਇਲੈਕਸ਼ਨ ਲੜ ਰਿਹਾ ਹੈਨਾ, ਉਹਦੀ ਜਗ੍ਹਾ ਤੇ ਚਾਹੇ ਤੁਸੀਂ ਜਨਰਲ ਲੇਡੀ ਵੀ ਕਰ ਦਿਓ ਤਾਂ ਵੀ ਦਿੱਕਤ ਆਊਗੀ, ਕਿਉਂਕਿ ਬੰਦੇ ਨੂੰ ਇਹ ਲੱਗਦਾ ਕਿ ਯਾਰ ਮੈਂ ਤਾਂ ਫਿਰ ਗਿਆ, ਮੇਰੀ ਘਰ ਵਾਲੀ ਤਾਂ ਲੜਨ ਦੀ ਇੱਛੁਕ ਨਹੀਂ ਹੈ ਜਾਂ ਉਹ ਲੜਨਾ ਨਹੀਂ ਚਾਹੁੰਦੀ ਜਾਂ ਉਹ ਲੜਨ ਦੇ ਕਾਬਲ ਨਹੀਂ ਹੈ, ਤੇ ਇਹ ਫਿਰ ਸੀਟ ਕਿਸੇ ਹੋਰ ਕੋਲੇ ਜਾਏਗੀ ਜਿਹੜੀ ਉਸ ਪਿੰਡ ਦੀ ਐਕਟਿਵ ਕੋਈ ਹੈਗੀ ਹੈ, ਤਾਂ ਵੀ ਝਗੜੇ ਹੈ ਤਾਂ ਫਿਰ ਉਹ ਪ੍ਰੈਸ਼ਰ ਪਾਉਂਦੇ ਰਹਿੰਦੇ ਆ ਆਪਣੇ MLA ਤੇ ਕਿ ਜੀ ਇਹਨੂੰ ਚੇਂਜ ਕਰਾਓ, ਨਹੀਂ ਆਪਣਾ ਤਾਂ ਦਬਦਬਾ ਖਤਮ ਹੋ ਜੂਗਾ ਜੀ ਇਹ, ਤੇ ਜਿਹੜੇ MLA ਵੀ ਨੇ ਉਹਨਾਂ ਲਈ ਵੀ ਇਹੀ ਜਿਹੜੇ ਲੋਕ ਹੁੰਦੇ ਨੇ ਉਹ ਉਹਨਾਂ ਦੀਆਂ ਸਰਦਾਰੀਆਂ ਕਰਦੇ ਨੇ, ਉੱਥੇ ਦੇ ਸੂਬੇ ਨੇ ਇੱਕ ਤਰ੍ਹਾਂ ਦੇ, ਉਹਨਾਂ ਦੇ ਵੰਡੇ ਹੋਏ ਸੂਬੇਦਾਰ ਨੇ ਇੱਕ ਤਰ੍ਹਾਂ ਦੇ, ਜਦੋਂ ਉਹਨਾਂ ਨੇ ਇਲੈਕਸ਼ਨ ਲੜਨੀ ਹੁੰਦੀ ਹੈ ਤਾਂ ਉਹ ਤਾਂ ਦੇਖੋ ਸਾਰੇ ਪਿੰਡ 'ਚ ਇਕੱਲੇ ਇਕੱਲੇ ਘਰ ਦੇ ਵਿੱਚ ਨਹੀਂ ਜਾ ਸਕਦੇ, ਉਹ ਇਹਨਾਂ ਦੇ ਥਰੂ ਹੀ ਇਲੈਕਸ਼ਨ ਲੜਦੇ ਆ, ਸੋ ਇਹਨਾਂ ਦਾ ਦਬਾਓ ਤਾਂ ਝੇਲਦੇ ਹੀ ਨੇ। ਇਸ ਜਿਹੜੀ ਹੁਣ ਇਸ ਵਾਰੀ ਕੀ ਕੀਤਾ ਇਹਨਾਂ ਨੇ ਬਲੋਕ ਸਤਰ ਤੇ ਕਰਤੀ ਹੈ ਕਿ ਰੈਜ਼ਰਵੇਸ਼ਨ ਜਿਹੜੀ ਹੋਏਗੀ ਬਲੋਕ ਸਤਰ ਤੇ, ਇੱਕ ਬਲੋਕ ਦੇ ਵਿੱਚ ਜਿੰਨੀ ਰੈਜ਼ਰਵੇਸ਼ਨ ਬਣਦੀ ਆ ਟੋਟਲ ਅਨੁਸੂਚਿਤ ਜਾਤੀਆਂ ਦੀ, ਉਹਨੇ ਪਿੰਡ ਜਿਹੜੇ ਨੇ ਉਹ ਆਰਕਸ਼ਿਤ ਕੀਤੇ ਜਾਣਗੇ। ਤਾਂ ਉਹਦੇ ਵਿੱਚ ਕੀ ਹੈ ਕਿ ਪਹਿਲਾਂ ਤਾਂ ਇਹ ਦੇਖਿਆ ਜਾਂਦਾ ਸੀ ਵੀ ਜ਼ਿਆਦਾਤਰ ਤਾਂ ਵੈਸੇ ਕੋਸ਼ਿਸ਼ ਤਾਂ ਇਹੀ ਰਹਿੰਦੀ ਹੈ ਵੀ ਜਿੱਥੇ ਉਹਨਾਂ ਦੀ ਕਮਿਊਨਿਟੀ ਜ਼ਿਆਦਾ ਰਹਿੰਦੀ ਆ, ਅਗਰ ਉਹ ਮੰਨ ਲਓ 50% 40% ਹੈਗੇ ਆ ਜਾਂ 40 ਤੋਂ ਉੱਪਰ ਵੀ ਹੈਗੇ ਤਾਂ ਚਲੋ ਸੋਚ ਲਓ ਵੀ ਜੇ ਘੱਟਦੇ ਨੇ ਤਾਂ ਉਸ ਹਿਸਾਬ ਨਾਲ ਕੀਤਾ ਜਾਂਦਾ ਸੀਗਾ। ਹੁਣ ਇਹਨਾਂ ਨੇ ਬਲੋਕ ਵਾਈਜ਼ ਜਿਹੜਾ ਕੀਤਾ ਉਹਦੇ ਵਿੱਚ ਥੋੜ੍ਹੀ ਦਿੱਕਤ ਆ ਰਹੀ ਹੈ ਜਿਹਨਾਂ ਜਿਹਨਾਂ ਦੇ ਟੁੱਟ ਰਹੇ ਨੇ। ਤੁਸੀਂ ਦੇਖੋ ਦੋ ਲਗਾਤਾਰ ਵੱਡੇ ਪ੍ਰਸ਼ਾਸਨਿਕ ਫੇਰ ਬਦਲ ਹੋਏ ਨੇ ਹਨਾ, ਉਹ ਚ ਜ਼ਿਆਦਾਤਰ ਜਿਹੜੇ ਨੇ ਤੁਸੀਂ ਦੇਖੋ ਸਾਰੇ ਮਤਲਬ SDM ਲੈਵਲ ਦੇ ਜਾਂ ADC ਲੈਵਲ ਦੇ ਜਾਂ ਇਸ ਤਰ੍ਹਾਂ ਦੇ ਬੰਦੇ ਨੇ ਹਨਾ। ਉਹ ਕਿਉਂ ਨੇ? ਕਿਉਂਕਿ ਉੱਥੇ ਵੀ ਇਹ ਦਿੱਕਤ ਆ ਰਹੀ ਹੈ ਵੀ ਮੈਂ ਮੰਨ ਲਓ ਐਜ਼ MLA ਕਹਾਂ ਵੀ ਆਹ ਮੇਰਾ ਯਾਰ ਖਾਸ ਆਫਿਸਰ ਹੈ ਇਹਨੂੰ ਲਗਾ ਦਿਓ, ਉੱਥੇ ਇਹ ਮੇਰੇ ਅਨੁਸਾਰ ਜਿਹੜਾ ਹੈਗਾ ਉਹ ਕਰ ਦੇਗਾ। ਇਸ ਤਰ੍ਹਾਂ ਦੀਆਂ ਸ਼ਿਕਾਇਤਾਂ ਬਹੁਤ ਨੇ ਅਫਸਰਸ਼ਾਹੀ ਕੋਲੇ,
ਤੇ ਅਫਸਰ ਵੀ ਇਸ ਟਾਈਮ ਬਹੁਤ ਫਸੇ ਹੋਏ ਮਹਿਸੂਸ ਕਰ ਰਹੇ ਨੇ। ਕੱਲ ਮੇਰੀ ਦੋ ਤਿੰਨ ਅਫਸਰਾਂ ਨਾਲ ਗੱਲ ਵੀ ਹੋਈ ਤਾਂ ਉਹਨਾਂ ਨੇ ਵੀ ਕਿਹਾ ਕਿ ਯਾਰ ਰਹਿੰਦਾ ਇਹ ਦਬਾਅ ਤਾਂ ਸਾਨੂੰ ਪਤਾ ਹੀ ਆ, ਜਦੋਂ ਵੀ ਇਲੈਕਸ਼ਨ ਹੁੰਦੇ ਆ ਹਰ ਮਤਲਬ ਸਰਪੰਚ ਦਾ ਜਾਂ ਹਰ ਪੋਲੀਟੀਕਲ ਪਾਰਟੀ ਦੇ ਕਿਸੇ ਵੱਡੇ ਲੀਡਰ ਦਾ ਇਹ ਰਹਿੰਦਾ ਕਿ ਯਾਰ ਉਹਨਾਂ ਦੀ ਜਿਹੜੀ ਹੈਗੀ ਹੈ ਪੰਚਾਇਤ ਉਹਦੇ ਅਨੁਸਾਰ ਹੋਵੇ। ਹਾਲਾਂਕਿ ਤੁਸੀਂ ਇੱਕ ਚੀਜ਼ ਇਹਦੇ 'ਚ ਇੱਕ ਹੋਰ ਬੜੀ ਇੰਟਰਸਟਿੰਗ ਮੈਂ ਤੁਹਾਨੂੰ ਦੱਸਾਂ, ਇੱਕ ਚੀਜ਼ ਵੱਡੀ ਇਹ ਸਰਕਾਰ ਕਰਨ ਜਾ ਰਹੀ ਸੀ ਪਰ ਰਹਿ ਗਈ, ਉਹ ਸੀ ਕਿ ਵਾਰਡ ਵੀ ਤੋੜ ਤੇ ਜਾਣ। ਮਤਲਬ ਇਸ ਟਾਈਮ ਦੇਖੋ ਹਰ ਪਿੰਡ ਦੇ ਵਿੱਚ ਵਾਰਡ ਬੰਦੀ ਵੀ ਆ, ਉਹ ਸੰਵਿਧਾਨ ਦੇ ਅਨੁਸਾਰ ਹੈ, ਤੇ ਇਹ ਵੀ ਇੱਕ ਕੋਸ਼ਿਸ਼ ਕੀਤੀ ਜਾ ਰਹੀ ਸੀ ਕਿ ਸਾਰਾ ਪਿੰਡ ਹੀ ਇੱਕ ਹੋਵੇ, ਬਸ ਇੱਕੋ ਹੀ ਇਕਾਈ, ਕੋਈ ਵਾਰਡ ਬੰਦੀ ਨਹੀਂ, ਔਰ ਸਾਰੇ ਬੰਦੇ ਜਿੰਨੇ ਜਿਹੜੇ ਇਲੈਕਸ਼ਨ ਲੜਨਾ ਚਾਹੁੰਦੇ ਨੇ ਉਹ ਲੜ ਲੈਣ, ਤੇ ਜਿੰਨੇ ਵੀ ਉਹਨਾਂ ਦੀਆਂ ਸੀਟਾਂ ਹੈਗੀਆਂ ਨੇ ਉਹਨੀਆਂ ਸੀਟਾਂ ਜਿਹੜੇ ਪਹਿਲੇ ਮਤਲਬ ਆ ਜਾਣਗੇ ਉਹਦੇ ਅਨੁਸਾਰ ਆ ਜਾਣ, ਤੇ ਉਹਦੇ ਵਿੱਚ ਜਿਹੜੀਆਂ ਅਨੁਸੂਚਿਤ ਜਾਤੀ ਦੀਆਂ ਹੈਗੀਆਂ ਨੇ ਉਹ ਅਲੱਗ ਤੌਰ ਤੇ ਕਰ ਲਾਂਗੇ, ਤੇ ਫਿਰ ਜਿਹੜੀਆਂ ਅਨੁਸੂਚਿਤ ਜਾਤੀ ਦੀਆਂ ਫਿਰ ਰਿਜ਼ਰਵ ਹੋਣਗੀਆਂ ਉਹਨਾਂ ਦਾ ਸਰਪੰਚ ਆਪਾਂ ਡਾਇਰੈਕਟਲੀ ਕਿਉਂਕਿ ਉੱਥੋਂ ਚੁਣੀ ਲੈਣ। ਇਹ ਤਾਂ ਇੰਨਾ ਕੁ ਵੱਧ ਗਿਆ ਦਬਾਅ ਕਿ ਸਰਕਾਰ ਨੂੰ ਆਪਣਾ ਸੈਕਟਰੀ ਤੱਕ ਬਦਲਣਾ ਪਿਆ ਕਿਉਂਕਿ ਇਹ ਹੋ ਨਹੀਂ ਸਕਦਾ। ਤੇ ਬਾਅਦ ਚ ਫਿਰ ਐਡਵੋਕੇਟ ਜਨਰਲ ਨੇ ਵੀ ਇਹ ਰਾਏ ਦਿੱਤੀ ਕਿ ਇਹ ਸੰਵਿਧਾਨ ਦੇ ਅਨੁਸਾਰ ਨਹੀਂ ਹੈ, ਇਹ ਜੇ ਕੋਈ ਕਰ ਵੀ ਦਿੱਤਾ ਇਹ ਬਿੱਲ ਤੁਸੀਂ ਲੈ ਆਏ ਤਾਂ ਪਹਿਲੇ ਸੈਕਟਰੀ ਜਾਂ ਤਾਂ ਗਵਰਨਰ ਨੇ ਸਾਈਨ ਨਹੀਂ ਕਰਨੇ ਜਾਂ ਫਿਰ ਜੇ ਕੋਈ ਇਸ ਨੂੰ ਹਾਈਕੋਰਟ ਚ ਚੈਲੇਂਜ ਕਰਤਾ ਤਾਂ ਹਾਈਕੋਰਟ ਨੇ ਵੀ ਇਹਨੂੰ ਖਾਰਜ ਕਰ ਦੇਣਾ। ਸੋ ਇਸ ਕਰਕੇ ਉਹ ਰੁਕ ਗਿਆ ਤੇ ਦੂਜਾ ਬਿੱਲ ਜਿਹੜਾ ਸੀਗਾ ਸਿਰਫ ਉਹ ਵਾਲਾ ਕੀ ਬੋਲਦੇ ਆ ਇਹਦਾ ਆਇਆ ਕਿ ਕੋਈ ਵੀ ਪਾਰਟੀ ਜਿਹੜਾ ਹੈਗਾ ਉਹ ਇਸ ਤੇ ਨਹੀਂ ਲੜੇਗੀ ਪਾਰਟੀ ਦੇ ਚੋਣ ਨਿਸ਼ਾਨ ਤੇ, ਪਲੱਸ ਅਸੀਂ ਰੋਟੇਸ਼ਨ ਜਿਹੜੀ ਹੈ ਉਹ ਬਲਾਕ ਪੱਧਰ ਤੇ ਕਰਾਂਗੇ। ਇਸ ਕਰਕੇ ਇਹ ਵਾਲਾ ਬਿੱਲ ਤਾਂ ਪਾਸ ਹੋ ਗਿਆ ਲੇਕਿਨ ਇਹ ਵਾਲਾ ਬਿੱਲ ਆਇਆ ਹੀ ਨਹੀਂ, ਫਿਰ ਉਹ ਰਹਿ ਗਿਆ। ਮੈਂ ਅਖੀਰ ਦੇ ਵਿੱਚ ਦੋ ਖਬਰਾਂ ਇਕੱਠੀਆਂ ਲਵਾਂਗਾ ਕਿਉਂਕਿ ਸਮਾਂ ਆਪਣੇ ਕੋਲ ਸੀਮਤ ਹੈ। ਕਿ ਇੱਕ ਤਾਂ ਜਸਵੰਤ ਸਿੰਘ ਖਾਲੜਾ ਨੂੰ ਲੈ ਕੇ ਜਿਹੜੀ ਮੂਵੀ ਹੈ ਦਿਲਜੀਤ ਦੀ ਪੰਜਾਬ 95, ਉਹਨੂੰ ਲੈ ਕੇ ਜਥੇਦਾਰ ਸਾਹਿਬ ਦਾ ਬਿਆਨ ਆਇਆ ਕਿਉਂਕਿ ਲਗਾਤਾਰ ਕੱਟ ਲੱਗ ਰਹੇ ਨੇ, ਕਹਿੰਦੇ ਦਿਲਜੀਤ ਦੇ ਕਰੈਕਟਰ ਦਾ ਨਾਮ ਬਦਲੋ ਤੇ ਹੋਰ ਵੀ ਬਹੁਤ ਸਾਰੇ ਬਹੁਤ ਵੱਡੇ ਪੱਧਰ ਤੇ ਕੱਟ ਲੱਗੇ, ਤੇ ਜਥੇਦਾਰ ਸਾਹਿਬ ਨੇ ਕਿਹਾ ਹੈ ਕਿ ਇਹ ਸਿੱਧੀ ਸਿੱਧੀ ਸਿੱਖਾਂ ਦੇ ਨਾਲ ਬੇਇਨਸਾਫੀ ਹੈ। ਪਿਛਲੇ ਸਮੇਂ ਤੇ ਜਿਹੜੀ ਜਿਵੇਂ ਰਾਹੁਲ ਗਾਂਧੀ ਹੋਰਾਂ ਨੇ ਚਰਚਾ ਕੀਤੀ ਤਾਂ ਉਹਦੇ ਤੋਂ ਬਹੁਤ ਸਾਰੇ ਸਵਾਲ ਖੜੇ ਹੋਏ, ਤੇ ਉਹੀ ਗੱਲ ਇੱਥੇ ਆ ਕੇ ਹੁਣ ਮੁੱਕ ਗਈ ਆ ਕੇ ਕਿ ਆਖਿਰਕਾਰ ਜੇ ਕਸ਼ਮੀਰ ਫਾਈਲਸ ਵਰਗੀਆਂ ਜਾਂ ਹੋਰ ਫਿਲਮਾਂ ਇਹੋ ਜਿਹੀਆਂ ਕੰਗਣਾ ਰਣੌਤ ਦੀ ਫਿਲਮ ਨੂੰ ਅੱਗੇ ਵਧਾਇਆ ਜਾਂਦਾ ਆ ਤਾਂ ਫਿਰ ਇਹਨਾਂ ਫਿਲਮਾਂ ਦੇ ਉੱਤੇ ਇਸ ਤਰ੍ਹਾਂ ਕਿਉਂ, ਜਿਵੇਂ ਉਹ ਸਾਡਾ ਕਦੋਂ ਆਈ ਸੀ ਉਦੋਂ ਵੀ ਬੜਾ ਰੌਲਾ ਪਿਆ ਸੀ ਕਿ ਸਿੱਖਾਂ ਦੇ ਮਸਲਿਆਂ ਤੇ ਜਾਂ ਉਹਨਾਂ ਨਾਲ ਹੋਈਆਂ ਵਧੀਕੀਆਂ ਬਾਰੇ ਫਿਲਮਾਂ ਨੂੰ ਸਹੀ ਢੰਗ ਨਾਲ ਜਾਂ ਉਸ ਤਰੀਕੇ ਨਾਲ ਕਿਉਂ ਨਹੀਂ ਰੱਖਣ ਦਿੱਤਾ ਜਾਂਦਾ ਭਾਰਤ ਦੇ ਅੰਦਰ, ਖਾਸ ਕਰਕੇ ਜਿੱਥੇ ਧਰਮ ਨਿਰਪੱਖਤਾ ਦੀ ਗੱਲ ਹੁੰਦੀ ਹੈ ਜਾਂ ਸਾਰੀਆਂ ਘੱਟ ਗਿਣਤੀਆਂ ਨਾਲ ਲੈ ਕੇ ਚੱਲਣ ਦੀ ਗੱਲ ਹੁੰਦੀ ਹੈ, ਜਾਂ ਮੋਦੀ ਸਾਹਿਬ ਕਹਿੰਦੇ ਨੇ ਕਿ ਬੀਜੇਪੀ ਇਹਨਾਂ ਸਿੱਖ ਮਸਲਿਆਂ ਨੂੰ ਲੈ ਕੇ ਬਹੁਤ ਗੰਭੀਰ ਆ, ਉਹ ਜਿੱਥੇ ਵੀ ਜਾਂਦੇ ਨੇ। ਦੂਜੀ ਗੱਲ ਜਿਹੜੀ ਆ ਉਹ ਵੀ ਕਾਫੀ ਅਹਿਮ ਆ, ਜਿਹਦੇ ਵਿੱਚ ਜਗਤਾਰ ਸਿੰਘ ਹਵਾਰਾ ਹੋਰਾਂ ਦੀ ਗੱਲ ਚੱਲ ਰਹੀ ਹੈ ਕਿ ਉਹ ਪੰਜਾਬ ਜੇਲ੍ਹ 'ਚ ਸ਼ਿਫਟ ਹੋਣਾ ਚਾਹੁੰਦੇ ਨੇ, ਉਹਨਾਂ ਨੇ ਐਪਲੀਕੇਸ਼ਨ ਲਾਈ ਸੁਪਰੀਮ ਕੋਰਟ ਦੇ ਵਿੱਚ। ਜਦੋਂ ਤੋਂ ਅੰਮ੍ਰਿਤਪਾਲ ਸਿੰਘ ਦਾ ਨਾਮ ਆਇਆ ਜਾਂ ਜਦੋਂ ਤੋਂ MP ਬਣੇ ਨੇ ਜਾਂ ਉਦੋਂ ਪਹਿਲਾਂ ਵੀ, ਉਸ ਤੋਂ ਬਾਅਦ ਬੰਦੀ ਸਿੰਘਾਂ ਦੇ ਮਸਲੇ ਤਾਂ ਉੱਠਦੇ ਰਹੇ ਪਰ ਜਗਤਾਰ ਹਵਾਰੇ ਦਾ ਜਿਹੜਾ ਕਰੈਕਟਰ ਹੈ ਉਹ ਸਾਨੂੰ ਕਿਤੇ ਨਾ ਕਿਤੇ ਹਾਸ਼ੀਏ ਤੇ ਹੁੰਦਾ ਨਜ਼ਰ ਆਇਆ, ਇਹਦਾ ਕੀ ਕਾਰਨ ਹੈ? ਦੋ ਖਬਰਾਂ ਕਾਫੀ ਅਹਿਮ ਨੇ। ਬਿਲਕੁਲ ਤੁਹਾਡੀ ਗੱਲ ਸੁਖਵਿੰਦਰ ਜੀ ਬੜੀ ਠੀਕ ਹੈ ਕਿ ਜਿਹੜੀ ਫਿਲਮ ਹੈ 95 ਵਾਲੀ ਜਸਵੰਤ ਸਿੰਘ ਖਾਲੜਾ ਨੂੰ ਲੈ ਕੇ ਜਿਹੜੀ ਆ ਰਹੀ ਹੈ ਉਹਦੇ ਤੇ ਹੁਣ ਤੱਕ 120 ਕੱਟ ਜਿਹੜੇ ਲੱਗੇ ਆ, ਉਸ ਤੋਂ ਇਲਾਵਾ ਇਸ ਫਿਲਮ ਦੇ ਨਾਂ ਨੂੰ ਲੈ ਕੇ ਜਿਹੜਾ ਕਿ ਨਾਂ ਵੀ ਹਟਾਇਆ ਜਾਏ। ਹੁਣ ਇੱਕ ਐਕਟੀਵਿਸਟ ਜਿਹਦੀ ਹਿਊਮਨ ਰਾਈਟ ਐਕਟੀਵਿਸਟ ਜਿਹੜੇ ਬੰਦੇ ਨੇ ਇੰਨੀ ਮਿਹਨਤ ਨਾਲ ਮਤਲਬ ਫੌਜ ਤੱਥ ਇਕੱਠੇ ਕੀਤੇ ਵੀ ਕਿਸ ਤਰ੍ਹਾਂ ਪੁਲਿਸ ਨੇ ਨਿਰਦੋਸ਼
ਜਿਹੜੇ ਬੱਚੇ ਸੀਗੇ ਉਹਨਾਂ ਨੂੰ ਚੁੱਕ ਚੁੱਕ ਕੇ ਮਾਰਤਾ ਤੇ ਘਰਾਂ ਦੇ ਘਰ ਦੇ ਵਿੱਚ ਸੱਥਰ ਵਿਛਾ ਤੇ। ਉਹ ਬੰਦਿਆਂ ਦੇ ਉਸ ਬੰਦੇ ਨੂੰ ਵੀ ਆਖਿਰ ਇਸੇ ਦੀ ਭੇਂਟ ਚੜ੍ਹਨਾ ਪਿਆ ਹਨਾ। ਅਗਰ ਉਸ ਤਰ੍ਹਾਂ ਦਾ ਸੱਚ ਕੋਈ ਬੰਦਾ ਲਿਆਉਣ ਦੀ ਕੋਸ਼ਿਸ਼ ਕਰ ਰਿਹਾ ਹੈ ਤਾਂ ਉਹਨੂੰ ਤੁਸੀਂ ਕਿਉਂ ਜੋਰ ਜ਼ਬਰਦਸਤੀ ਦੇ ਤਰੀਕੇ ਨਾਲ ਜਾਂ ਕਾਨੂੰਨੀ ਤਰੀਕੇ ਨਾਲ ਇਹਨੂੰ ਦਬਾਉਣਾ ਕਿਉਂ ਚਾਹੁੰਦੇ ਹੋ, ਕਿਉਂ ਇਸ ਤਰ੍ਹਾਂ ਦੇ ਚੀਜ਼ਾਂ ਨੇ? ਮੈਂ ਕੇਰਲ ਫਾਈਲਸ ਵੀ ਹੁਣ ਹਜੇ ਮੈਨੂੰ 2-3 ਦਿਨ ਪਹਿਲਾਂ ਹੀ ਦੇਖਣ ਦਾ ਮੌਕਾ ਮਿਲਿਆ ਕਿਉਂਕਿ ਟਾਈਮ ਨਹੀਂ ਅੱਜ ਕੱਲ੍ਹ ਲੱਗਦਾ ਤੇ ਇਸ ਕਰਕੇ ਕਈ ਵਾਰ ਇਸ ਤਰ੍ਹਾਂ ਦੀਆਂ ਪਿਕਚਰਾਂ ਵੀ ਇੱਥੋਂ ਰਹਿ ਜਾਂਦੀਆਂ ਤੇ ਉਹ ਵੀ ਇਸ ਤਰ੍ਹਾਂ ਦੀਆਂ ਚੀਜ਼ਾਂ ਸੀ ਜਿਸ 'ਚ ਉਹ ਇਹਨਾਂ ਚੀਜ਼ਾਂ ਨੂੰ ਉਭਾਰਿਆ ਗਿਆ ਕਿ ਕਿਸ ਤਰ੍ਹਾਂ ਬੱਚਿਆਂ ਨੂੰ ਮਤਲਬ ਇੱਥੇ ਲਿਜਾ ਕੇ ਵਰਗਲਾ ਕੇ ਇਹ ਸਭ ਕੀਤਾ ਜਾ ਰਿਹਾ। ਕਸ਼ਮੀਰ ਫਾਈਲਸ ਵਰਗੀਆਂ ਸਟੋਰੀਜ਼ ਆਈਆਂ, ਗੁਜਰਾਤ ਫਾਈਲਸ ਵਰਗੀਆਂ ਬੁੱਕਸ ਲਿਖੀਆਂ ਗਈਆਂ, ਬਹੁਤ ਸਾਰੀਆਂ ਚੀਜ਼ਾਂ ਆਈਆਂ ਨੇ, ਪਰ ਜਦੋਂ ਪੰਜਾਬ ਦੀ ਗੱਲ ਆਉਂਦੀ ਹੈ ਉਦੋਂ ਸਾਰੇ ਚੁੱਪ ਹੋ ਜਾਂਦੇ ਆ, ਕੋਈ ਇਸ ਦੇ ਉੱਤੇ ਕੋਈ ਗੱਲ ਨਹੀਂ ਕਰਨਾ ਚਾਹੁੰਦਾ, ਕੋਈ ਇਸ ਗੱਲ ਨੂੰ ਉਭਾਰ ਕੇ ਨਹੀਂ ਰੱਖਣਾ ਚਾਹੁੰਦਾ। ਇਹ ਚੀਜ਼ ਸਮਝ ਤੋਂ ਬਾਹਰ ਹੈ ਕਿ ਇੱਥੇ ਪੰਜਾਬ ਨਾਲ ਹੀ ਇਕੱਲਾ ਇੱਦਾਂ ਕਿਉਂ ਹੋ ਰਿਹਾ। ਬਾਕੀ ਸਟੇਟਸ ਦੇ ਜੇ ਕੋਈ ਸਮੱਸਿਆ ਹੈ, ਅਗਰ ਕੋਈ ਉਹਨੂੰ ਉਭਾਰਨ ਵਾਸਤੇ, ਕੋਈ ਸਮੱਸਿਆ ਨੂੰ ਉਭਾਰਨ ਵਾਸਤੇ ਕੋਈ, ਅਗਰ ਅਸੀਂ ਕੋਈ ਫਿਲਮ ਬਣਾ ਰਹੇ ਹਾਂ ਤਾਂ ਉਹਦੇ 'ਤੇ ਇੰਨੇ ਕੱਟ ਕਿਉਂ ਨਹੀਂ ਲੱਗਦੇ? ਇਹ ਇੱਕ ਬਿਲਕੁਲ ਜਾਇਜ਼ ਗੱਲ ਹੈ। ਔਰ SGPC ਦੇ ਪ੍ਰਧਾਨ ਜਿਹੜੇ ਹੈਗੇ ਨੇ ਉਹਨਾਂ ਨੇ ਕੱਲ੍ਹ ਵੀ ਇਹ ਗੱਲ ਚੁੱਕੀ, ਮੈਨੂੰ ਇਹ ਅੱਛਾ ਲੱਗਿਆ ਕਿ ਚਲੋ ਐਟਲੀਸਟ ਜਿਹੜੀ ਇੱਕ ਸਿਰਮੌਰ ਸੰਸਥਾ ਹੈਗੀ ਹੈ ਉਹਨਾਂ ਦਾ ਮੁਖੀ ਜਿਹੜਾ ਹੈਗਾ ਉਹ ਇਸ ਤਰ੍ਹਾਂ ਦੀਆਂ ਚੀਜ਼ਾਂ ਨੂੰ ਚੁੱਕ ਰਿਹਾ। ਤੇ ਦੂਜੀ ਗੱਲ ਜਿਹੜੀ, ਹਾਂ ਬਿਲਕੁਲ ਠੀਕ ਹੈ, ਅੰਮ੍ਰਿਤਪਾਲ ਉਹਨਾਂ ਦੇ ਐਪੀਸੋਡ ਤੋਂ ਬਾਅਦ ਜਦ ਤੱਕ ਉਹਨਾਂ ਦਾ ਉਭਾਰ ਆਇਆ ਉਸ ਤੋਂ ਬਾਅਦ ਬੰਦੀ ਸਿੰਘ ਵਾਲਾ ਜਿਹੜਾ ਮਾਮਲਾ ਹੈ ਉਹ ਇਕੱਲਾ ਸੀਮਿਤ ਹੀ ਅੰਮ੍ਰਿਤਪਾਲ ਤੇ ਹੋ ਗਿਆ, ਬਾਕੀ ਚੀਜ਼ਾਂ ਸਾਰੀਆਂ ਜਿਹੜੀਆਂ ਹੈਗੀਆਂ ਨੇ ਇਗਨੋਰ ਹੁੰਦੀਆਂ ਜਾ ਰਹੀਆਂ। ਜਿਹੜੀਆਂ ਤੁਸੀਂ ਅਸੀਂ ਕਹੀਏ ਵੀ ਉਦੋਂ ਵੀ ਤੁਸੀਂ ਦੇਖੋ SGPC ਨੇ 25-26 ਲੱਖ ਸਾਈਨ ਕਰਵਾਏ, ਉਹਨਾਂ ਨੇ ਚਿੱਠੀਆਂ ਵੀ ਪਾਈਆਂ, ਹਜੇ ਤੱਕ ਤੁਸੀਂ ਦੇਖੋ ਪ੍ਰਾਈਮ ਮਿਨਿਸਟਰ ਨੇ ਉਹਨਾਂ ਨੂੰ ਮਤਲਬ ਸਮਾਂ ਨਹੀਂ ਦਿੱਤਾ ਹੈਗਾ ਇਸ ਇਸ਼ੂ ਦੇ ਉੱਤੇ। ਮਤਲਬ ਇਹ ਮਤਲਬ ਇੱਕ ਪਾਸੇ ਤਾਂ ਇਹ ਕਿਹਾ ਜਾ ਰਿਹਾ ਹੈ ਵੀ ਜਿਹੜੀ ਸਿੱਖ ਕੌਮ ਹੈਗੀ ਆ ਉਹ ਕਿਉਂ ਅਲਗਾਓਵਾਦ ਦੀਆਂ ਫਿਰ ਗੱਲਾਂ ਕਰਦੀ, ਤਾਂ ਕਿਉਂ ਉਹਨਾਂ ਨੂੰ ਤੁਸੀਂ ਇਸੇ ਤਰ੍ਹਾਂ ਦੇ ਮੈਸੇਜ ਦੇ ਰਹੇ ਹੋ ਕਿ ਉਹਨਾਂ ਨੂੰ ਕਰਨੀਆਂ ਪੈ ਰਹੀਆਂ ਨੇ? ਅਗਰ ਇੱਕ SGPC ਵਰਗੀ ਸੰਸਥਾ ਜਿਹਨੂੰ ਮਿੰਨੀ ਪਾਰਲੀਮੈਂਟ ਕਹਿੰਦੇ ਹੈ, ਅਗਰ ਉਹ ਸੰਸਥਾ ਦਾ ਮੁਖੀ ਇੱਕ ਇਸ਼ੂ ਨੂੰ ਲੈ ਕੇ, ਠੀਕ ਹੈ ਤੁਹਾਨੂੰ ਲੱਗਦਾ ਕਿ ਉਹ ਬੰਦੀ ਸਿੰਘ ਨਹੀਂ ਛੱਡੇ ਜਾਣੇ ਚਾਹੀਦੇ, ਨਾ ਛੱਡੋ, ਬਟ ਉਹ ਜਿਹੜੇ ਸਾਈਨ ਕੀਤੇ ਹੋਏ, ਇੰਨੇ 26 ਲੱਖ ਲੋਕਾਂ ਦੇ ਸਾਈਨ ਕੀਤੇ ਹੋਏ ਇੱਕ ਉਹ ਪਟੀਸ਼ਨ ਹੈਗੀ ਹੈ, ਉਸ ਦੇ ਉੱਤੇ ਮਤਲਬ ਪ੍ਰਾਈਮ ਮਿਨਿਸਟਰ ਗੱਲ ਵੀ ਨਾ ਸੁਣਨ, ਨਾ ਇਹ ਇੱਕ ਮੈਨੂੰ ਲੱਗਦਾ ਕਿ ਠੀਕ ਨਹੀਂ। ਇਹ ਲੱਗਦਾ ਵੀ ਯਾਰ ਇਸ ਪੰਜਾਬ 'ਚ ਮੈਂ ਸਟੇਟ ਕੰਟਰੀ ਦਾ ਪਾਰਟ ਹੀ ਨਹੀਂ ਹੁੰਦਾ, ਮਤਲਬ ਇੱਥੇ ਦੀ ਸਮੱਸਿਆਵਾਂ ਇਹਨਾਂ ਦੀਆਂ ਆਪਣੀਆਂ ਨੇ, ਇੱਥੇ ਦੀ ਜਿਹੜੀਆਂ ਕੋਈ ਹੋਰ ਦਿੱਕਤਾਂ ਨੇ ਉਹ ਵੀ ਇਹਨਾਂ ਦੀਆਂ ਆਪਣੀਆਂ ਨੇ, ਇਹ 'ਚ ਸਾਡਾ ਲੈਣਾ ਦੇਣਾ ਹੀ ਨਹੀਂ ਕੋਈ। ਸੋ ਇਸ ਤਰ੍ਹਾਂ ਦਾ ਜਦੋਂ ਤੁਸੀਂ ਮਤਲਬ ਮੈਸੇਜ ਦਿਓਗੇ ਤਾਂ ਫਿਰ ਦੂਜੀਆਂ ਚੀਜ਼ਾਂ ਤਾਂ ਉਭਰਨਗੀਆਂ। ਬਿਲਕੁਲ, ਵੈਸੇ ਗੱਲ ਤਾਂ ਇਹ ਹੈ ਨਾ ਕਿ ਪਿਛਲੇ ਗਵਰਨਰ ਨੂੰ ਸ਼੍ਰੋਮਣੀ ਕਮੇਟੀ ਪ੍ਰਧਾਨ ਮਿਲਦੇ ਰਹੇ ਤੇ ਉਹ ਚਿੱਠੀਆਂ ਦਾ ਜਾਂ ਉਹ ਸਾਈਨ ਜਿਹੜੀ ਪਟੀਸ਼ਨਸ ਸੀਗੇ ਉਹਨਾਂ ਦਾ ਕੋਈ ਹੱਲ ਨਹੀਂ ਲਿਖਿਆ, ਰਾਸ਼ਟਰਪਤੀ ਸਾਹਿਬ ਤੱਕ ਵੀ ਉਸ ਤਰੀਕੇ ਨਾਲ ਪਹੁੰਚ ਨਹੀਂ ਹੋਈ ਜਾਂ ਗ੍ਰਹਿ ਮੰਤਰੀ ਸਾਹਿਬ ਨੇ ਸਮਾਂ ਨਹੀਂ ਦਿੱਤਾ। ਹੁਣ ਵੀ ਬੀਤੇ ਦਿਨ ਇਹਨਾਂ ਨੇ ਇੱਕ ਮੈਡੀਕਲ ਜਿਹੜਾ ਕਾਲਜ ਹੈ ਉੱਥੋਂ ਦਾ ਸਮਾਰੋਹ ਕਰਾਇਆ ਤੇ ਧਾਮੀ ਸਾਹਿਬ ਹੋਰਾਂ ਨੇ ਜਾਂ ਕਹਿ ਲਈਏ ਕਿ ਸ਼੍ਰੋਮਣੀ ਕਮੇਟੀ ਨੇ ਗਵਰਨਰ ਜਿਹੜੇ ਨਵੇਂ ਨੇ ਉਹਨਾਂ ਨੂੰ ਸੱਦਿਆ ਕਿ ਇਹ ਚੀਜ਼ਾਂ ਹੋਰ ਦਿਸ਼ਾ ਵੱਲ ਨੂੰ ਵਧਣਗੀਆਂ, ਕਿ ਨਵੇਂ ਢੰਗ ਦੇ ਨਾਲ ਇਹ ਰੂਪਰੇਖਾ ਇਹਦੀ ਤਿਆਰ ਕੀਤੀ ਜਾਏਗੀ, ਕਿੱਦਾਂ ਕੇਂਦਰ ਤੱਕ ਪਹੁੰਚ ਕੀਤੀ ਜਾਏ, ਕਿਉਂਕਿ ਅਕਾਲੀ ਦਲ ਜਿਹੜੀ ਉਹ ਪਦਤਕ ਸਿਆਸਤ ਆ ਉਹ ਹਾਸ਼ੀਏ ਤੇ ਨਜ਼ਰ ਆਉਂਦੀ ਹੈ ਕਿ BJP ਦੇ ਨਾਲ ਕਿਸੇ ਹੋਰ ਰਸਤਿਓਂ ਜਿਹੜਾ ਉਹ ਅੱਗੇ ਵਧਿਆ ਜਾਏਗਾ। ਇਹ ਬਹੁਤ ਸਾਰੇ ਸਵਾਲ ਨੇ, ਇਹਨਾਂ ਤੇ ਵੀ ਨਜ਼ਰ ਰਹੇਗੀ, ਤੁਸੀਂ ਆਪਣੇ ਵਿਚਾਰ ਕਮੈਂਟ ਜ਼ਰੂਰ ਕਰਿਓ। ਇੰਦਰਪ੍ਰੀਤ ਸਿੰਘ ਜੀ ਬਹੁਤ ਧੰਨਵਾਦ ਤੁਹਾਡਾ। ਥੈਂਕ ਯੂ ਜੀ, ਥੈਂਕ ਯੂ।